ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਬਹੁਤ ਹੀ ਇੰਟਰਸਟਿੰਗ ਟੌਪਿਕ ਤੁਹਾਡੇ ਲਈ ਲੈ ਕੇ ਅੱਜ ਹਾਜ਼ਰ ਹੋਏ ਹਾਂ ਟੌਪਿਕ ਵੀ ਤੇ ਗੈਸਟ ਵੀ ਆਫ ਕੋਰਸ ਯੂ ਨੋ ਪਾਵੇ ਸਾਡੀ ਆਡੀਅੰਸ ਪ੍ਰਾਈਮਰੀਲੀ ਅਬਰਾਡ ਸਾਨੂੰ ਵਾਚ ਕਰ ਰਹੀ ਹੈ NRI ਆਡੀਅੰਸ ਸਾਡੇ ਨਾਲ ਜੁੜੀ ਹੋਈ ਹੈ ਯੂ ਨੋ ਜਿੰਨਾ ਕੁ ਸਾਡੇ ਇਸ ਮੰਚ 'ਤੇ ਇੱਥੇ ਦੇ ਮਸਲਿਆਂ ਦੀ ਗੱਲ ਹੁੰਦੀ ਹੈ ਇੱਥੇ ਦੇ ਪੋਲੀਟਿਕਸ ਦੀ ਗੱਲ ਹੁੰਦੀ ਹੈ ਉਨੀ ਹੀ ਸਾਡੀ ਗੱਲ ਹੁੰਦੀ ਹੈ ਪੰਜਾਬ ਪੋਲੀਟਿਕਸ ਦੀ ਅਤੇ ਜਿਸ ਤਰ੍ਹਾਂ ਆਫਕੋਰਸ ਸਾਰਿਆਂ ਨੂੰ ਪਤਾ ਹੈ ਭਾਵੇਂ ਜੁਲਾਈ ਦਾ ਮਹੀਨਾ ਚੱਲ ਰਿਹਾ ਲੇਕਿਨ ਸਾਰਿਆਂ ਦੇ ਦਿਮਾਗ 'ਤੇ ਅਗਲੇ ਸਾਲ ਪੰਜਾਬ ਇਲੈਕਸ਼ਨਸ ਨੂੰ ਲੈ ਕੇ ਕਾਫੀ ਚੀਜ਼ਾਂ ਡਿਵੈਲਪ ਹੋ ਰਹੀਆਂ ਸੋ ਯੂ ਨੋ ਭਾਵੇਂ ਅਸੀਂ ਇੱਥੇ ਬੈਠੇ ਹਾਂ ਪੰਜਾਬ ਵਿੱਚ ਕੀ ਕੁਛ ਹੋ ਰਿਹਾ ਭਾਵੇਂ ਉਹ ਪਾਰਟੀਬਾਜ਼ੀ ਹੋਏ ਭਾਵੇਂ ਉਹ ਬਿਜਲੀ ਨੂੰ ਲੈ ਕੇ ਵੱਖ ਵੱਖ ਐਲਾਨ ਹੋਣ ਭਾਵੇਂ ਉਹ CM ਨੂੰ ਲੈ ਕੇ ਵੱਖ ਵੱਖ ਡੈਕਲੋਰੇਸ਼ਨਸ ਹੋਣ ਇਨ ਸਾਰੀ ਚੀਜ਼ਾਂ 'ਤੇ ਤੁਹਾਡੇ ਨਾਲ ਲਗਾਤਾਰ ਜਾਣਕਾਰੀ ਪ੍ਰੋਵਾਈਡ ਕਰ ਰਹੇ ਹਾਂ ਬਟ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਥੋੜ੍ਹੀ ਜਿਹੀ ਗੱਲ ਇੱਕ ਫੋਕਸਡ ਤਰੀਕੇ ਨਾਲ ਅੱਜ ਹੋਏਗੀ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਕੁਛ ਸਟਰੈਟਜੀਜ਼ ਨੂੰ ਲੈ ਕੇ ਪੰਜਾਬ ਲਈ ਰੀਸੈਂਟਲੀ ਤੁਸੀਂ ਜ਼ਰੂਰ ਖਬਰ ਵੇਖੀ ਹੋਣੀ ਹੈ ਕਿ ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਜੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਮੁਫਤ ਦੀ ਬਿਜਲੀ ਦਿੱਤੀ ਜਾਊਗੀ ਉਹਨਾਂ ਨੇ ਇਹ ਕਿਹਾ ਦਿੱਲੀ ਦੇ ਵਿੱਚ ਅਗਰ ਬਿਜਲੀ ਇਸ ਤਰ੍ਹਾਂ ਲੋਕਾਂ ਨੂੰ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ ਆਫਕੋਰਸ ਇਸ ਚੀਜ਼ ਨੂੰ ਲੈ ਕੇ ਕੁਛ ਰਿਸਪੋਂਸਿਸ ਵੀ ਆਏ ਵੱਖ ਵੱਖ ਹੋਰ ਪਾਰਟੀਜ਼ ਤੋਂ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਹੋਣ ਜਾਂ ਅਕਾਲੀ ਦਲ ਤੋਂ ਹੋਣ ਕਿ ਬਿਜਲੀ ਨੂੰ ਲੈ ਕੇ ਪੰਜਾਬ ਦੇ ਵਿੱਚ ਕੀ ਕੁਛ ਦਿੱਤਾ ਜਾਊਗਾ ਬਟ ਇੱਕ ਵਾਰੀ ਫਿਰ ਕੀ ਇਹ ਬਿਜਲੀ ਦੇ ਜੋ ਵਾਅਦੇ ਹਨ ਇੱਕ ਪੋਲੀਟੀਕਲ ਸਟਰੈਟਜੀ ਹੈਗੀ ਜਾਂ ਇਹਨਾਂ ਵਾਅਦਿਆਂ ਦੇ ਵਿੱਚ ਕੁਛ ਸੱਚਾਈ ਵੀ ਹੈਗੀ ਇਨਫੈਕਟ ਅਗਰ ਬਿਜਲੀ ਦੀ ਗੱਲ ਕਰਦੇ ਹਾਂ ਤਾਂ ਕਿੰਨੀ ਕੁ ਵਾਇਬਲ ਇਹ ਪ੍ਰੋਮਿਸਿਸ ਹੋ ਸਕਦੇ ਆ ਉਹਦੀ ਵੀ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਅਤੇ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਬਟ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਅੱਜ ਸਾਡਾ ਪ੍ਰੋਗਰਾਮ ਥੋੜ੍ਹਾ ਜਿਹਾ ਫੋਕਸ ਕਰੂਗਾ ਆਮ ਆਦਮੀ ਪਾਰਟੀ ਅਤੇ ਵੱਖ ਵੱਖ ਸਟਰੈਟਜੀਜ਼ 'ਤੇ ਪੰਜਾਬ ਲਈ ਖਾਸ ਕਰਕੇ ਪੰਜਾਬ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਲਈ ਇੱਕ ਨੈਸ਼ਨਲ ਦਰਵਾਜ਼ਾ ਖੋਲ੍ਹ ਸਕਦਾ ਅਗਰ ਉੱਥੇ ਉਹ ਵਿਕਟੋਰੀਅਸ ਹੁੰਦੇ ਹੈ ਸੋ ਵਿਦਆਊਟ ਐਨੀ ਫਰਦਰ ਡੂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਅੱਜ ਦੇ ਗੈਸਟ ਨੂੰ ਸਵਾਗਤ ਕਰਦੇ ਹੋਏ ਸਾਡੇ ਨਾਲ ਜੁੜੇ ਹਨ ਪੰਜਾਬ ਇੰਡੀਆ ਤੋਂ ਸਾਡੇ ਅੱਜ ਸ਼ਾਮ ਦੇ ਗੈਸਟ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਅਮਨ ਅਰੋੜਾ ਜੀ MLA ਫਰੋਮ ਸੁਨਾਮ ਡਿਸਟ੍ਰਿਕਟ ਆਮ ਆਦਮੀ ਪਾਰਟੀ ਤੋਂ ਅਮਨ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਕਸ਼ਮਿਤਾ ਜੀ ਤੁਹਾਡਾ ਵੀ ਤੁਹਾਡੇ ਚੈਨਲ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਕੱਢਦੀਆਂ ਕਲਾਵਾਂ ਜੀ ਜੀ ਗੁੱਡ ਟੂ ਹੈਵ ਯੂ ਅਮਨ ਜੀ ਵਾਂਸ ਅਗੇਨ ਕਰੰਟ MLA ਸੁਨਾਮ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਤੁਸੀਂ ਫੋਰਮਰ ਕੋ ਪ੍ਰੈਜ਼ੀਡੈਂਟ ਰਹਿ ਚੁੱਕੇ ਹੋ ਪੰਜਾਬ ਸਟੇਟ ਯੂਨਿਟ ਦਾ ਆਮ ਆਦਮੀ ਪਾਰਟੀ ਦੀ ਸਾਈਡ ਤੋਂ ਅਮਨ ਜੀ ਵਾਂਸ ਅਗੇਨ ਗੁੱਡ ਟੂ ਹੈਵ ਯੂ ਆਮ ਆਦਮੀ ਪਾਰਟੀ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ ਖਾਸ ਕਰਕੇ ਅਰਵਿੰਦ ਕੇਜਰੀਵਾਲ ਜੀ ਜੋ ਰੀਸੈਂਟ ਬਿਆਨ ਉਹਨਾਂ ਨੇ ਦਿੱਤੇ ਹੈਗੇ ਭਾਵੇਂ ਉਹ ਬਿਜਲੀ ਨੂੰ ਲੈ ਕੇ ਹੋਣ ਭਾਵੇਂ ਉਹ ਪੰਜਾਬ ਦੇ ਵਿੱਚ ਕੀ ਪ੍ਰਾਇਓਰਟੀਜ਼ ਆਪ ਲੈ ਕੇ ਆਓਗੀ ਸੋ ਇਨ ਸਾਰੀ ਚੀਜ਼ਾਂ ਦੀ ਗੱਲ ਕਰਾਂਗੇ ਬਟ ਫਸਟ ਅਮਨ ਜੀ ਯੂ ਨੋ ਆਈ ਕਾਈਂਡ ਆਫ ਵਾਂਟ ਟੂ ਸਟਾਰਟ ਤੁਹਾਡੀ ਪੋਲੀਟੀਕਲ ਕਰੀਅਰ ਦੇ ਨਾਲ ਸੋ ਤੁਸੀਂ ਪੋਲੀਟਿਕਸ ਵਿੱਚ ਕਿਸ ਸੰਨ ਤੋਂ ਇਨਵੋਲਵ ਹੈਗੇ ਸੀ ਆਸ਼ਮਿਤਾ ਜੀ ਮੈਂ ਪੋਲਿਟਿਕਸ ਦੇ ਵਿੱਚ ਇਨਫੈਕਟ ਆਈ ਸਟਾਰਟਡ ਐਟ ਵੈਰੀ ਅਰਲੀ ਏਜ ਮੈਂ 91 ਤੋਂ ਹੀ ਇਨਵੋਲਵਡ ਹਾਂ ਅਰਲੀਅਰ ਮਾਈ ਫਾਦਰ ਵਾਸ ਅ ਟੂ ਟਾਈਮ MLA ਫਰੋਮ 92 ਟੂ 2000 ਵਿੱਚ ਥੋੜ੍ਹੀ ਸਾਲ ਡੇਢ ਸਾਲ ਹੀ ਮਿਨਿਸਟਰੀ ਰਹੇ ਅਤੇ ਉਸ ਸਮੇਂ ਤੋਂ ਹੀ ਫਾਦਰ ਦੇ ਨਾਲ ਹੀ ਪੋਲਿਟਿਕਸ ਦੇ ਵਿੱਚ ਇਨਵੋਲਵ ਹੋਏ ਅਤੇ ਫਿਰ ਉਸ ਤੋਂ ਬਾਅਦ ਅਜਿਹਾ ਇੰਟਰਸਟ ਪਿਆ ਕਿ ਸੋਚਿਆ ਔਰ ਇੱਕ ਮਨ ਦੇ ਵਿੱਚ ਗੱਲ ਕਰ ਗਈ ਕਿ ਜੇ ਤੁਸੀਂ ਸਹੀ ਮਾਇਨੇ ਦੇ ਨਾਲ ਇਮਾਨਦਾਰੀ ਦੇ ਨਾਲ ਪੂਰੀ ਕਮਿਟਮੈਂਟ ਦੇ ਨਾਲ ਜੇ ਤੁਸੀਂ ਆਪਣੇ ਲੋਕਾਂ ਨੂੰ ਸੋਸਾਇਟੀ ਨੂੰ ਸਟੇਟ ਨੂੰ ਕੰਟਰੀ ਨੂੰ ਸਰਵ ਕਰ ਸਕਦੇ ਹੋ ਤੇ ਇਸ ਤੋਂ ਵਧੀਆ ਪਲੇਟਫਾਰਮ ਕੋਈ ਨਹੀਂ ਹੈਗਾ ਸੋ ਉਸ ਸਮੇਂ ਤੋਂ ਹੀ ਲੈ ਕੇ ਪਹਿਲਾਂ ਕਿਉਂਕਿ ਫਾਦਰ ਉਸ ਟਾਈਮ ਕਾਂਗਰਸ ਦੇ ਵਿੱਚ ਸੀਗੇ ਸੋ ਆਈ ਸਟਾਰਟਡ ਫਰੋਮ ਯੂਥ ਕਾਂਗਰਸ ਤੇ ਉਸ ਤੋਂ ਬਾਅਦ ਦੈਨ ਵੈਨ ਹੀ ਪਾਸਡ ਅਵੇ ਫਿਰ ਦੋ ਕੁ ਵਾਰੀ ਟਰਾਈ ਕੀਤਾ 2000-2002 ਵਿੱਚ ਕਾਂਗਰਸ ਨੇ ਟਿਕਟ ਨਹੀਂ ਦਿੱਤੀ 2000-2007 ਐਂਡ 12 ਲਾਸਟ ਫਰੋਮ ਸੁਨਾਮ ਇਟ ਹੈਜ਼ ਬੀਨ ਅ ਲੌਂਗ ਲੌਂਗ ਰੋਡ ਸਾਰਾ ਸਾਲ ਲੱਗ ਗਏ ਤੇ ਵਿਦ ਗੋਡਸ ਗ੍ਰੇਸ ਇਸ ਵਾਰੀ ਲੋਕਾਂ ਨੇ ਮੌਕਾ ਦਿੱਤਾ ਸੋ ਦੈਟਸ ਇਟ ਜੀ
जी अमन जी आई हैव टू आस्क राइट बिकॉज जो लहर पूरे इंडिया दे विच वेखन नू मिली कुछ साल पहले ओदे विच तुसी भी किसी ना किसी हद तक इनवॉल्व सीगे 2017 तो बाद तुसी आप दे नाल जुड़े सो वट ब्रॉट अबाउट दैट चेंज कि तुसी कांग्रेस तो आप दे विच ट्रांजिशन कीती देखो आशमिता जी इस तरह के जे कोई तुहाडा व्यूअर साडे एरिए दा नाम दा संगूर दा होए ते उदों ओ आप दसणगे कि मेरे जिहड़े फादर सीगे बेसिकली उहनां दी पॉलिटिक्स भी इसी तरीके दी सी कि आम लोकां दी गल करनी आम लोकां दे तक बंदे दी पहुंच होनी चाहीदी है हर टाइम अवेलेबल होना चाहिए बंदा 100% ईमानदार राजनीति होनी चाहिए मैं समझता कि को ही उस तरीके की जिस तरीके की अब आम आदमी पार्टी पॉलिटिक्स कर रही है उही पॉलिटिक्स मेरे फादर की सी गुड़ती उही मिली हुई सी तो सो जो आम आदमी पार्टी आई पोलिटिकल एरेना दे विच लगे कि दिस इज गोइंग टू द बेस्ट प्लेटफॉर्म वेयर आई कैन फील एट होम ये सब वधिया तरीके कर सकते और अरविंद जी की पॉलिसीज तो उन्हां दी नीतियां तो मैं समझदा कि कल्ला मैं ही नहीं मेरे वर्गे लखां करोड़ां इंडियंस भी ते अक्रॉस द ग्लोब जिहड़े लोग बैठे ने वो बड़े इंप्रेस सीगे और अज भी हैगे सो इस करके आई जॉइन देम जी जी अमन जी ऑफ कोर्स तुसी पार्टी दे नुमाइंदे हैगे यू आर स्पीकिंग ऑन बिहाफ ऑफ द पार्टी इन एन ऑफिशियल कैपेसिटी सो आई हैव टू आस्क राइट बिकॉज वक-वक हेडलाइंस अजकल यू नो आम आदमी दे लई जो एक ओपनिंग क्रिएट हो रही है पंजाब दे विच उन्नू लैके वेखन नू मिल रही है सारियां नू डू यू फील दैट आम आदमी कोल एक जेन्यूइन ऑपरचुनिटी इस वारी हैगी कंपेयर टू 2017 जिथे पंजाब दी गल आंदी है नहीं आशमिता जी देखो इस बार दी जिहड़ी ऑपरचुनिटी है 2022 दी आई थिंक 2017 तों भी बहुत वड्डे पद्धर दे उपर साडे कोल ओह ऑपरचुनिटी और पंजाब दे लोकां कोल है ओहदे दो तीन रीजन ने नंबर एक तां 2017 दे विच लोकां ने सानू बहुत अजमाया नहीं सीगा परत्याया नहीं सीगा ते जिहदी वजह करके लोकां नू डाउट सीगे फिर उस समय अकाली दल बीजेपी और कांग्रेस तिना ने इस तरीके की कलैबोरेशन हो गई कि अरविंद केजरीवाल जी ने आम आदमी पार्टी ने रोक लो पंजाब दे विच आउण तो इस करके सारे ने इकट्ठे होकर लड़ाई लड़ी जिहदी वजह करके साडी बड़ी साडे बारे बड़ी मिस इनफॉर्मेशन फैलाई गई और लोकां असीं नवें सीगे इस करके जिवें पंजाबी च कहिंदे ने जां राह पै जाणी जां वाह पै जाणी है लोकां ने सानूं परत्याया नहीं सीगा हुण इन्हां 6-7 सालां दे विच लोकां ने साडी दिल्ली दी गवर्नेंस भी देख ली लोकां ने साडा जिहड़ी परफॉर्मेंस है पंजाब दे विच ओह भी देख ली है और सब तो वड्डी गल है एक साडे कोल रोड मैप है जिहड़ा ओह बड़ा क्लीयर है और 2017 दे विच सिर्फ और सिर्फ पहला अकाली दल ही डिसक्रेडिटेड सीगा कि 10 साल उन्हां ने पंजाब नूं लुट लिया और कुट लिया कैप्टन अमरिंदर सिंह दी इमेज सी जिहड़ी ਉਹ ਫਿਰ ਵੀ ਥੋੜ੍ਹੀ ਅੱਛੀ ਚੰਗੀ ਸੀਗੀ 2002 ਤੋਂ 7 ਤੱਕ ਦੀ ਜਿਹੜੀ ਸੀਗੀ ਉਹਨਾਂ ਦੀ ਗਵਰਨੈਂਸ ਦੀ ਪਰ ਹੁਣ ਇਸ ਵਾਰੀ ਪੋਜੀਸ਼ਨ ਇਹ ਬਣੀ ਪਈ ਹੈ ਕਿ ਦੋਨੋਂ ਹੀ ਪਾਰਟੀਜ਼ ਉਹ ਦੋਨੋਂ ਹੀ ਲੀਡਰਸ ਨੇ ਜਿਹੜੇ ਉਹ ਇੱਕ ਦੂਜੇ ਨਾਲੋਂ ਵੱਧ ਜ਼ਿਆਦਾ ਡਿਸਕ੍ਰੈਡਿਟਡ ਹੋਏ ਪਏ ਨੇ ਜਿਹਦੀ ਵਜ੍ਹਾ ਕਰਕੇ ਵੈਕਿਊਮ ਹੈ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਬਣਿਆ ਹੋਇਆ ਹੈ ਪੰਜਾਬ ਦੇ ਲੋਕ ਇੱਕ ਥਰਡ ਫਰੰਟ ਚਾਹੁੰਦੇ ਨੇ ਔਰ ਆਲਟਰਨੇਟਿਵ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਕਿਸੇ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਹੈਗਾ ਬਟ ਡੈਫੀਨੇਟਲੀ ਯੈਸ ਕਦੇ ਵੀ ਮੈਂ ਮੰਨ ਕੇ ਚੱਲਦਾ ਮੈਂ ਇਹ ਵਿਦਨ ਪਾਰਟੀ ਵੀ ਵਾਰ ਵਾਰ ਕਹਿੰਦਾ ਰਹਿਣਾ ਕਿ ਕਦੇ ਵੀ ਕਿਸੇ ਲੜਾਈ ਨੂੰ ਸੌਖਾ ਨਹੀਂ ਮੰਨ ਕੇ ਚੱਲਿਆ ਜਾ ਸਕਦਾ ਸਾਨੂੰ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਜੇ ਹੋਰ ਮਿਹਨਤ ਕਰਨ ਦੀ ਲੋੜ ਹੈ ਕੰਮ ਕਰਨ ਦੀ ਲੋੜ ਹੈ ਜੇ ਅਸੀਂ ਸਹੀ ਤਰੀਕੇ ਨਾਲ ਯੂਨਾਈਟਿਡ ਤਰੀਕੇ ਦੇ ਨਾਲ ਅਸੀਂ ਸਹੀ ਡਾਇਰੈਕਸ਼ਨ 'ਚ ਕੰਮ ਕਰ ਜਾਂਦੇ ਤਾਂ ਮੈਂ ਸਮਝਦਾ ਕਿ ਬਹੁਤ ਵੱਡਾ ਮੈਂਡੇਟ ਹੈ ਜਿਹੜਾ 2022 ਦੀਆਂ ਐਕਸਪੈਕਟੇਸ਼ਨ ਤੋਂ ਵੀ ਵੱਧ ਹੈ ਜਿਹੜਾ ਉਹ ਸਾਨੂੰ ਇਸ ਵਾਰ ਮਿਲ ਸਕਦਾ 2022 ਦੇ ਵਿੱਚ ਅਮਨ ਜੀ ਤੁਸੀਂ ਇੱਥੇ ਇੱਕ ਰੋਡ ਮੈਪ ਦੀ ਗੱਲ ਕੀਤੀ ਰਾਈਟ ਐਂਡ ਆਫ ਕੋਰਸ ਕੋਈ ਵੀ ਜੋ ਇਸ ਵਿਸ਼ੇ ਤੇ ਜਾਣਕਾਰੀ ਰੱਖਦਾ ਹੈ ਜਾਂ ਨਿਊਜ਼ ਨੂੰ ਫੋਲੋ ਕਰੇ ਮਾੜੀ ਮੋਟੀ ਖਬਰ ਉਹਨਾਂ ਨੂੰ ਹੈਗੀ ਇਸ ਚੀਜ਼ ਦੀ ਪਰ ਆਈ ਵਾਂਟ ਟੂ ਹੀਅਰ ਫਰਮ ਯੂ ਵਟ ਇਜ਼ ਦਾ ਰੋਡ ਮੈਪ ਕੀ ਰੋਡ ਮੈਪ ਹੈਗਾ ਆਪ ਲਈ ਵਨ ਇਟ ਕਮਸ ਟੂ ਪੰਜਾਬ 2020 ਦੇ ਵਿੱਚ ਅਤੇ 2020 ਤੋਂ ਬਾਅਦ ਐਕਸਕਿਊਜ਼ ਮੀ 22 ਤੋਂ ਬਾਅਦ ਦੇਖੋ ਅਸ਼ਮਿਤਾ ਜੀ ਇਸ ਤਰ੍ਹਾਂ ਕਿ ਰੋਡ ਮੈਪ ਹੈ ਜਿਹੜਾ ਉਹ ਬੜਾ ਕਲੀਅਰ ਹੈ ਜਿੰਨੀਆਂ ਅੱਜ ਪ੍ਰੋਬਲਮ ਪੰਜਾਬ ਦੀਆਂ ਪ੍ਰੋਬਲਮਸ ਨੇ ਚਾਹੇ ਉਹ ਕਿਸਾਨਾਂ ਦੀ ਇਸ਼ੂ ਹੋਵੇ ਕਿਸਾਨ ਸਿਰਫ ਇਹਨਾਂ ਆਪਾਂ ਤਿੰਨ ਬਿੱਲਾਂ ਦੀ ਗੱਲ ਨਾ ਕਰੀਏ ਕਿਸਾਨ ਵੈਸੇ ਵੀ ਇੱਕ ਘਾਟੇ ਦਾ ਧੰਦਾ ਜਿਹੜਾ ਉਹ ਬਣ ਚੁੱਕਿਆ ਜਿਹਦੀ ਵਜ੍ਹਾ ਕਰਕੇ ਉਹ ਖੁਦਕੁਸ਼ੀਆਂ ਕਰ ਰਹੇ ਨੇ ਆਪਾਂ ਡਰੱਗਸ ਦੀ ਗੱਲ ਕਰ ਲਈਏ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਹੈਗਾ ਇਸ ਕਰਕੇ ਉਹ ਡਰੱਗਸ ਵਾਲੇ ਪਾਸੇ ਨੇ ਜਿਹੜੇ ਉਹ ਚੱਲੇ ਹੋਏ ਨੇ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਸਿਰੇ ਜਿਹੜਾ ਉਹ ਚੜ ਚੁੱਕਿਆ ਇੰਡਸਟਰੀ ਵਪਾਰੀ ਨੇ ਜਿਹੜੇ ਉਹ ਸਟੇਟ ਤੋਂ ਪਲਾਨ ਬਾਹਰ ਕਰ ਰਹੇ ਨੇ ਹੈਲਥ ਔਰ ਐਜੂਕੇਸ਼ਨ ਸਿਸਟਮ ਹੈ ਜਿਹੜਾ ਉਹ ਡੋਲਡਰਮਸ ਦੇ ਵਿੱਚ ਹੈ
ਸੋ ਇਸ ਕਰਕੇ ਇਹ ਸਾਰੇ ਇਸ਼ੂਜ਼ ਨੇ ਜਿਹੜੇ ਜਿਹੜੇ ਕਿ ਅੱਜ ਦੀ ਡੇਟ ਦੇ ਪੰਜਾਬ ਦੇ ਇਸ਼ੂਜ਼ ਹੈਗੇ ਔਰ ਇਹਨਾਂ ਸਾਰਿਆਂ ਦੀ ਜੇ ਆਪਾਂ ਤੁਸੀਂ ਤੁਸੀਂ ਬ੍ਰੋਡਰ ਵੇ ਦੇ ਵਿੱਚ ਦੇਖੋ ਸਾਰਿਆਂ ਦੀ ਜਿਹੜੀ ਜੜ ਹੈ ਉਹ ਸਿਰਫ ਔਰ ਸਿਰਫ ਇੱਕੋ ਹੀ ਹੈ ਕਿ ਜੋ ਕਰਪਸ਼ਨ ਜੋ ਮਾਫੀਆ ਅੱਜ ਪੰਜਾਬ ਦੇ ਵਿੱਚ ਸਿਰ ਚੜ੍ਹ ਕੇ ਬੋਲ ਰਿਹਾ ਹੈ ਅੱਜ ਡਿਪਾਰਟਮੈਂਟਸ ਘੱਟ ਨੇ ਅਤੇ ਮਾਫੀਆ ਵੱਧ ਹੈ ਅੱਜ ਹਾਲਾਤ ਇਹ ਬਣੇ ਪਏ ਨੇ ਕਿ ਜੇ ਆਪਾਂ ਚਾਰ ਪੰਜ ਮਹਿਕਮੇ ਤੁਹਾਨੂੰ ਫੋਰ ਐਗਜ਼ਾਮਪਲ ਮੈਂ ਸੁਣਾਵਾਂ ਕਿ ਬਿਜਲੀ ਮਹਿਕਮਾ ਹੋ ਗਿਆ ਇਸੇ ਤਰੀਕੇ ਨਾਲ ਮਾਈਨਿੰਗ ਹੋ ਗਿਆ ਤੁਹਾਡਾ ਟਰਾਂਸਪੋਰਟ ਕੇਬਲ ਐਕਸਾਈਜ਼ ਸ਼ਰਾਬ ਦਾ ਮਹਿਕਮਾ ਇਹ ਪੰਜ ਸੱਤ ਕੁ ਮਹਿਕਮੇ ਇਹੋ ਜਿਹੇ ਨੇ ਜੇ ਤੁਸੀਂ ਇਮਾਨਦਾਰ ਤਰੀਕੇ ਨਾਲ ਇਹਨਾਂ ਦੇ ਉੱਪਰ ਕੰਟਰੋਲ ਕਰ ਲਓ ਸਹੀ ਕਮਿਟਮੈਂਟ ਦੇ ਨਾਲ ਅਤੇ ਘੱਟੋ ਘੱਟ 25,000 ਕਰੋੜ ਰੁਪਏ ਜਿਹੜਾ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚ ਐਡੀਸ਼ਨਲ ਜਨਰੇਟ ਹੋ ਸਕਦਾ ਹੈ ਜਦੋਂ ਪੈਸਾ ਆਏਗਾ ਅਤੇ ਫਿਰ ਕਿਸਾਨਾਂ ਦੀ ਬਾਂਹ ਵੀ ਫੜੀ ਜਾਏਗੀ ਫਿਰ ਇੰਡਸਟਰੀ ਔਰ ਟ੍ਰੇਡਰਸ ਨੂੰ ਵੀ ਪ੍ਰਮੋਟ ਕੀਤਾ ਜਾਏਗਾ ਫਿਰ ਨੌਜਵਾਨਾਂ ਲਈ ਨੌਕਰੀਆਂ ਵੀ ਜਨਰੇਟ ਹੋ ਜਾਣਗੀਆਂ ਫਿਰ ਹੈਲਥ ਔਰ ਐਜੂਕੇਸ਼ਨ ਸਿਸਟਮ ਹੈ ਜਿਹੜਾ ਉਹ ਵੀ ਟਰੈਕ ਦੇ ਉੱਪਰ ਚੜ੍ਹ ਜਾਏਗਾ ਸੋ ਮੇਨ ਤਾਂ ਮੈਂ ਸਮਝਦਾ ਕਿ ਹਰੇਕ ਚੀਜ਼ ਦੀ ਪ੍ਰੋਬਲਮ ਔਰ ਸਲਿਊਸ਼ਨ ਹੈ ਜਿਹੜੀ ਉਹ ਪ੍ਰੋਬਲਮ ਕਰਪਟ ਰਾਜਨੀਤੀ ਹੈ ਅਤੇ ਉਹਦਾ ਸਲਿਊਸ਼ਨ ਸਿਰਫ ਔਰ ਸਿਰਫ ਇੱਕ ਹੈ ਕਿ ਸਹੀ ਤਰੀਕੇ ਨਾਲ ਸਹੀ ਨੀਅਤ ਔਰ ਨੀਤੀ ਦੇ ਨਾਲ ਜੇ ਇਮਾਨਦਾਰ ਸਰਕਾਰ ਹੋਵੇ ਇੱਥੇ ਪੰਜਾਬ ਦੇ ਵਿੱਚ ਇਹ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਹੱਲ ਕੀਤੀਆਂ ਜਾ ਸਕਦੀਆਂ ਨੇ ਕਿਸੇ ਸਮੇਂ ਦੇ ਵਿੱਚ ਪੰਜਾਬ ਸਿਰਮੌਰ ਸਟੇਟ ਹੋਇਆ ਕਰਦਾ ਸੀਗਾ ਅੱਜ ਵੀ ਜੇ ਤੁਹਾਡੇ US ਦੇਖ ਲਓ ਕੈਨੇਡਾ ਦੇਖ ਲਓ ਓਵਰਸੀਜ਼ ਜਿੱਥੇ ਮਰਜ਼ੀ ਦੇਖ ਲਓ ਜੇ ਅੱਜ ਪੰਜਾਬੀ ਇੱਥੋਂ ਨਿਕਲ ਕੇ ਉੱਥੇ ਜਾ ਕੇ ਅੰਗਰੇਜ਼ਾਂ ਨਾਲੋਂ ਵੱਧ ਤਰੱਕੀਆਂ ਕਰ ਸਕਦੇ ਨੇ ਅਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਨੇ ਬਹੁਤ ਵੱਡਾ ਪੋਟੈਂਸ਼ੀਅਲ ਹੈ ਪੰਜਾਬੀਆਂ ਦੇ ਵਿੱਚ ਪਰ ਉਹਨਾਂ ਨੂੰ ਇੱਥੇ ਕਰਨ ਦਾ ਮਾਹੌਲ ਨਹੀਂ ਦਿੱਤਾ ਜਾ ਰਿਹਾ ਜੀ ਜੀ ਅਮਨ ਅਰੋੜਾ ਜੀ ਆਈ ਥਿੰਕ ਦ ਮੋਸਟ ਇੰਪੋਰਟੈਂਟ ਜੋ ਇੱਥੇ ਕੀਵਰਡ ਤੁਸੀਂ ਵਰਤਿਆ ਇਮਾਨਦਾਰ ਸੋ ਪੋਲੀਟਿਕਸ ਅਤੇ ਇਮਾਨਦਾਰ ਖਾਸ ਕਰਕੇ ਇੰਡੀਆ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਆਦਤ ਹੈ ਇੱਕ ਹੀ ਸੈਂਟੈਂਸ ਦੇ ਵਿੱਚ ਦੋਨਾਂ ਵਰਡਾਂ ਨੂੰ ਯੂਜ਼ ਕਰਨ ਦੀ ਬਟ ਇਹ ਤਾਂ ਹੋਰ ਤੁਹਾਡੇ ਲਈ ਕੁਛ ਸਵਾਲ ਰੱਖਾਂਗੇ ਇੱਥੇ ਥੋੜ੍ਹੀ ਜਿਹੀ ਬ੍ਰੇਕ 'ਤੇ ਰੁਕਦੇ ਹਾਂ ਅਮਨ ਅਰੋੜਾ ਜੀ MLA ਫਰੋਮ ਸੁਨਾਮ ਡਿਸਟ੍ਰਿਕਟ ਸਾਡੇ ਨਾਲ ਜੁੜੇ ਹਨ ਤੁਸੀਂ ਵੀ ਇਸ ਤਰ੍ਹਾਂ ਜੁੜੇ ਹੋ ਲਾਈਵ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਸਟ੍ਰੈਟੇਜਾਈਜ਼ ਕਰ ਰਿਹਾ ਕੀ ਉਹਨਾਂ ਦਾ ਲੌਂਗ ਟਰਮ ਪਲਾਨ ਹੈਗਾ ਤੇ ਜਿੱਥੇ ਵੱਖ ਵੱਖ ਐਲਾਨ ਸੁਣਨ ਨੂੰ ਮਿਲ ਰਿਹਾ ਭਾਵੇਂ ਉਹ ਬਿਜਲੀ ਨੂੰ ਲੈ ਕੇ ਹੋਣ ਐਜੂਕੇਸ਼ਨ ਇਨਫਰਾਸਟ੍ਰਕਚਰ ਹੈਲਥ ਕੇਅਰ ਇਨ ਸਾਰੀ ਚੀਜ਼ਾਂ ਤੇ ਕਿਸ ਤਰ੍ਹਾਂ ਉਹ ਐਗਜ਼ੀਕਿਊਟ ਕਰਨਗੇ ਡਿਲੀਵਰ ਕਰਨਗੇ ਕਿਸ ਰਾਜਨੀਤੀ ਦੇ ਵਿੱਚ ਵਾਅਦੇ ਤਾਂ ਬਹੁਤ ਹੁੰਦੇ ਹੈ ਬਟ ਅਕਸਰ ਸਾਨੂੰ ਰਿਜ਼ਲਟਸ ਵੇਖਣ ਨੂੰ ਨਹੀਂ ਮਿਲਦੇ ਸਾਡੇ ਨਾਲ ਜੁੜੇ ਹਨ ਆਮ ਆਦਮੀ ਪਾਰਟੀ ਤੋਂ MLA ਸੁਨਾਮ ਡਿਸਟ੍ਰਿਕਟ ਤੋਂ ਅਮਨ ਅਰੋੜਾ ਜੀ ਇੱਕ ਵਾਰੀ ਫਿਰ ਅਮਨ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਤੁਸੀਂ ਪ੍ਰੀਵੀਅਸਲੀ ਕੋ ਪ੍ਰੈਜ਼ੀਡੈਂਟ ਰਹਿ ਚੁੱਕੇ ਹੋ ਪੰਜਾਬ ਸਟੇਟ ਯੂਨਿਟ ਦੇ ਇੱਕ ਲੀਡਰਸ਼ਿਪ ਰੋਲ ਤੁਸੀਂ ਨਿਭਾਇਆ ਹੈ ਅਤੇ ਜਿੱਥੇ ਲੀਡਰਸ਼ਿਪ ਦੀ ਗੱਲ ਆਉਂਦੀ ਹੈ ਇਹ ਸਵਾਲ ਬਾਰ ਬਾਰ ਉੱਠ ਰਿਹਾ ਆਪ ਨੂੰ ਲੈ ਕੇ ਕਿ ਸੀ ਐੱਮ ਦੀ ਕੁਰਸੀ ਲਈ ਆਪ ਵੱਲੋਂ ਕਿਹਨੂੰ ਲੀਡਰਸ਼ਿਪ ਦਾ ਰੋਲ ਦਿੱਤਾ ਜਾਊਗਾ ਅਸ਼ਮਿਤਾ ਜੀ ਦੇਖੋ ਇਹ ਤਾਂ ਤੁਸੀਂ ਸਵਾਲ ਗਲਤ ਬੰਦੇ ਨੂੰ ਪੁੱਛ ਰਹੇ ਹੋ ਮੈਂ ਤਾਂ ਪਾਰਟੀ ਦਾ ਸਭ ਤੋਂ ਛੋਟਾ ਜਿਹਾ ਨਿਮਾਣਾ ਜਿਹਾ ਵਰਕਰ ਹਾਂ ਮੈਂ ਨਾ ਹੀ ਮੇਰਾ ਪ੍ਰੈਰੋਗੇਟਿਵ ਹੈ ਤੇ ਨਾ ਹੀ ਮੈਂ ਇਹਦੇ ਬਾਰੇ ਕੁਝ ਦੱਸ ਸਕਦਾ ਕਿ ਕੌਣ ਹੋਏਗਾ ਇਹ ਪ੍ਰੈਰੋਗੇਟਿਵ ਅਰਵਿੰਦ ਕੇਜਰੀਵਾਲ ਜੀ ਦਾ ਪੋਲੀਟੀਕਲ ਅਫੇਅਰਸ ਕਮੇਟੀ ਦਾ ਹੈ ਤੇ ਇਸ ਕਰਕੇ ਤੁਸੀਂ ਉਹਨਾਂ ਨੂੰ ਪੁੱਛੋ ਤਾਂ ਬੈਟਰ ਹੈ ਪਰ ਮੈਂ ਇੱਕ ਮੰਨ ਕੇ ਚੱਲਦਾ ਕਿ ਜਿਹਨੂੰ ਵੀ ਰੋਲ ਦਿੱਤਾ ਜਾਏਗਾ ਉਹ ਪੰਜਾਬ ਦਾ ਸੁਹਿਰਦ ਹੋਏਗਾ ਉਹ 100% ਉਹਦੀ ਜਿਹੜੀ ਚਾਦਰ ਹੈ ਉਹ ਬੇਦਾਗ ਹੋਏਗੀ ਪੰਜਾਬ ਨੂੰ ਕਮਿਟਡ ਹੋਏਗਾ ਤੇ ਅਸੀਂ ਸਾਰੇ ਇੱਕ ਟੀਮ ਬਣ ਕੇ ਪੰਜਾਬ ਨੂੰ ਦੁਬਾਰਾ ਮੁੜ ਕੇ ਪੰਜਾਬ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਜੀ ਅਮਨ ਜੀ ਔਰ ਅ ਟਿਪੀਕਲ ਡਿਪਲੋਮੈਟਿਕ ਪੋਲੀਟੀਕਲ ਆਨਸਰ ਬਟ ਆਮ ਸ਼ੋਰ ਕੁਛ ਸਟ੍ਰੈਟੇਜਾਈਜ਼ਿੰਗ ਤਾਂ ਹੋ ਰਹੀ ਹੋਏਗੀ ਇੰਟਰਨਲ ਪਾਰਟੀ ਦੇ ਵਿੱਚ ਇਹ ਵੀ ਐਲਾਨ ਸੁਣਨ ਨੂੰ ਮਿਲਿਆ ਕਿ ਪਾਰਟੀ ਵੱਲੋਂ ਇੱਕ ਸਿੱਖ ਚਿਹਰਾ CM ਦੀ ਕੁਰਸੀ ਲਈ ਨੋਮੀਨੇਟ ਕੀਤਾ ਜਾਊਗਾ ਇਹ ਇੱਕ ਸਟ੍ਰੈਟੇਜੀ ਹੈਗੀ ਜਾਂ ਇਹਦੇ ਵਿੱਚ ਇੱਕ ਸਿੰਸੀਅਰ ਐਫਰਟ ਹੈ ਪੰਜਾਬ ਨੂੰ ਸਿੱਖ ਰੈਪ੍ਰੈਜ਼ੈਂਟੇਸ਼ਨ ਦੇਣ ਲਈ ਨਹੀਂ ਦੇਖੋ ਅਸ਼ਮਿਤਾ ਜੀ ਇਸ ਤਰ੍ਹਾਂ ਕਿ ਜੋ ਮੈਂ ਸਮਝ ਕਰਦਾ ਮੇਰੀ ਆਪਣੀ ਜ਼ਾਤੀ ਸੋਚ ਹੈ ਔਰ ਮੈਂ ਸਮਝਦਾ ਕਿ ਮੇਰੀ ਪਾਰਟੀ ਦੀ ਔਰ ਅਰਵਿੰਦ ਜੀ ਦੀ ਵੀ ਸੋਚ ਇਹੀ ਹੈ ਕਿ ਸਾਡੀ ਪਾਰਟੀ ਹੈ ਜਿਹੜੀ 100% ਸੈਕੂਲਰ ਪਾਰਟੀ ਹੈ ਇਕੱਲੇ ਅਰਵਿੰਦ ਕੇਜਰੀਵਾਲ ਇੱਕ ਅਜਿਹੇ ਲੀਡਰ ਨੇ ਜੋ ਦਿੱਲੀ ਦੇ ਵਿੱਚ ਇਲੈਕਸ਼ਨ ਹੋਣੀ ਸੀ ਹਜੇ 3 ਦਿਨ ਰਹਿੰਦੇ ਸੀਗੇ ਜੋ ਦਿੱਲੀ ਦੇ ਸ਼ਾਹੀ ਇਮਾਮ ਨੇ ਫੈਸਲਾ ਸੁਣਾਇਆ ਫਤਵਾ ਸੁਣਾਇਆ ਕਿ ਸਾਰੇ ਮੁਸਲਮਾਨ ਨੇ ਉਹ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਤੇ ਉਦੋਂ ਅਰਵਿੰਦ ਕੇਜਰੀਵਾਲ ਨੇ ਹੀ ਕਿਹਾ ਕਿ ਨਹੀਂ ਸਾਨੂੰ ਸਾਡੇ ਧਰਮ ਮਜ਼ਹਬ ਦੇ ਨਾਂ ਦੇ ਉੱਪਰ ਵੋਟਾਂ ਨਹੀਂ ਚਾਹੀਦੀਆਂ ਕਿ ਸਾਨੂੰ ਸਾਡੇ ਕੰਮ ਦੇ ਨਾਂ ਦੇ ਉੱਪਰ ਸਾਡੀ ਪਰਫਾਰਮੈਂਸ ਦੇ ਨਾਂ ਦੇ ਵੋਟਾਂ ਚਾਹੀਦੀਆਂ ਨੇ ਸੋ ਮੈਂ ਸਮਝਦਾ ਕਿ 100% ਸਾਡੀ ਸੈਕੂਲਰ ਔਰ ਵੈਸੇ ਵੀ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਵਰਗੀ ਸੈਕੂਲਰ ਸਟੇਟ ਕੋਈ ਨਹੀਂ ਹੈਗੀ
ਜੇ ਆਪਾਂ ਔਰ ਜੇ ਮੈਂ ਸਮਝਦਾ ਕਿ ਕ੍ਰਾਈਟੇਰੀਆ ਜਿਹੜਾ ਉਹ ਕੋਈ ਹਿੰਦੂ ਹੋਣਾ ਜਾਂ ਮੁਸਲਮਾਨ ਹੋਣਾ ਜਾਂ ਸਿੱਖ ਹੋਣਾ ਜਾਂ ਦਲਿਤ ਹੋਣਾ ਇਹ ਕ੍ਰਾਈਟੇਰੀਆਜ਼ ਹੀ ਨਹੀਂ ਹੋਣੇ ਚਾਹੀਦੇ ਹੈਗੇ ਕ੍ਰਾਈਟੇਰੀਆ ਜਿਹੜਾ ਉਹ ਪਰਫਾਰਮੈਂਸ ਉਹ ਕੈਲੀਬਰ ਹੋਣਾ ਚਾਹੀਦਾ ਅੱਜ ਤੱਕ 65-66 ਦੇ ਵਿੱਚ ਪੰਜਾਬ ਬਣਿਆ ਪੰਜਾਬੀ ਸੂਬੇ ਦੇ ਨਾਂ ਦੇ ਉੱਪਰ ਬਣਿਆ ਤੇ ਪੰਜਾਬ ਦੇ ਨੂੰ ਦੇ ਵਿੱਚ ਦੋ ਸਟੇਟਾਂ ਅੱਡ ਕੱਢ ਦਿੱਤੀਆਂ ਗਈਆਂ ਹਿਮਾਚਲ ਤੇ ਹਰਿਆਣਾ ਉਹ ਅੱਜ ਸਾਡੇ ਨਾਲੋਂ ਕਿਤੇ ਅੱਗੇ ਨਿਕਲ ਚੁੱਕੀਆਂ ਤੇ ਹੁਣ ਤੱਕ ਇੱਥੇ ਰਾਜ ਚੰਦਕ ਜਿਹੜੇ ਆਪਣੇ ਆਪ ਨੂੰ ਪੰਥ ਦੇ ਹਿਤੈਸ਼ੀ ਕਹਾਉਂਦੇ ਸੀਗੇ ਸਿੱਖਾਂ ਦੇ ਮਸੀਹਾ ਕਹਿੰਦੇ ਸੀਗੇ ਉਹ ਕਰਦੇ ਰਹੇ ਨੇ ਦੋ ਤਿੰਨ ਕੁ ਪਰਿਵਾਰ ਤੇ ਅੱਜ ਉਹਨਾਂ ਨੇ ਪੰਜਾਬ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਔਰ ਕਿੰਨਾ ਕੁ ਵੱਡਾ ਕਹਾਣ ਹੈ ਜਿਹੜਾ ਉਹ ਸਿੱਖੀ ਦਾ ਔਰ ਕਿਸਾਨੀ ਦਾ ਕੀਤਾ ਉਹ ਸਾਰੇ ਸਾਰੀ ਦੁਨੀਆ ਜਾਣਦੀ ਹੈ ਸੋ ਇਸ ਕਰਕੇ ਮੈਂ ਇਹ ਮੰਨ ਕੇ ਚੱਲਦਾ ਹਾਂ ਜੋ ਅਰਵਿੰਦ ਕੇਜਰੀਵਾਲ ਜੀ ਨੇ ਉਸ ਦਿਨ ਗੱਲ ਕਹੀ ਹੈ ਉਹ ਬਿਲਕੁਲ ਸਹੀ ਹੈ ਉਹਨਾਂ ਦੇ ਮਾਈਂਡ ਦੇ ਵਿੱਚ ਕਿਉਂਕਿ ਪੰਜਾਬ ਵੀ ਇੱਕ ਅਜਿਹੀ ਸਟੇਟ ਹੈ ਜੇ ਆਪਾਂ ਦੇਖ ਲਈਏ ਅਸ਼ਮਿਤਾ ਜੀ ਤੇ ਚਾਹੇ ਮੁਗਲਾਂ ਨਾਲ ਲੜਾਈ ਲੜਨ ਦੀ ਗੱਲ ਹੋਵੇ ਚਾਹੇ ਅੰਗਰੇਜ਼ਾਂ ਨਾਲ ਲੜਾਈ ਲੜਨ ਦੀ ਗੱਲ ਹੋਵੇ ਆਜ਼ਾਦੀ ਦੀ ਲੜਾਈ ਹੋਵੇ ਦੇਸ਼ ਜਦੋਂ ਭੁੱਖਾ ਮਰਦਾ ਸੀਗਾ ਉਹਦਾ ਢਿੱਡ ਭਰਨ ਦੀ ਗੱਲ ਹੋਵੇ ਅੱਤਵਾਦ ਨਾਲ ਲੜਾਈ ਹੋਵੇ ਜੇ ਸਭ ਤੋਂ ਵੱਧ ਕੁਰਬਾਨੀਆਂ ਕਿਸੇ ਨੇ ਦਿੱਤੀਆਂ ਨੇ ਤਾਂ ਉਹ ਪੰਜਾਬੀਆਂ ਨੇ ਦਿੱਤੀਆਂ ਨੇ ਤੇ ਜੇ ਪੰਜਾਬ ਦੇ ਵਿੱਚ ਹੀ ਸਿੱਖੀ ਦੀ ਰਿਪ੍ਰੈਜੈਂਟੇਸ਼ਨ ਹੈ ਜਿਹੜੀ ਉਹ ਖਤਮ ਹੋ ਗਈ ਤੇ ਫਿਰ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਆਈਡੈਂਟੀ ਲਾਸ ਹੈ ਜਿਹੜਾ ਉਹ ਹੋ ਸਕਦਾ ਇਸ ਸੋਚ ਕੇ ਅਰਵਿੰਦ ਕੇਜਰੀਵਾਲ ਜੀ ਨੇ ਉਸ ਦਿਨ ਇਹ ਅਨਾਊਂਸਮੈਂਟ ਕੀਤੀ ਹੈ ਪਰ ਆਲ ਸੈਡ ਐਂਡ ਡਨ ਦੈਟ ਡਜ਼ ਨਾਟ ਮੀਨ ਕੰਪਰੋਮਾਈਜ਼ ਔਨ ਕੈਲੀਬਰ ਜਿਹੜਾ ਬੰਦਾ ਕਾਬਲ ਹੋਏਗਾ ਅਜਿਹਾ ਕੋਈ ਨਾ ਕੋਈ ਵਿਅਕਤੀ ਅਰਵਿੰਦ ਜੀ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਧਿਆਨ ਦੇ ਵਿੱਚ ਜ਼ਰੂਰ ਹੋਏਗਾ ਜਿਹਦਾ ਸਮਾਂ ਆਉਣ ਤੇ ਅਨਾਊਂਸਮੈਂਟ ਹੈ ਜਿਹੜੀ ਉਹ ਕੀਤੀ ਜਾਏਗੀ ਕੰਪਰੋਮਾਈਜ਼ ਕੈਲੀਬਰ ਤੇ ਨਹੀਂ ਹੋਏਗਾ ਹਾਂ ਡੈਫੀਨੇਟਲੀ ਯੈਸ ਜੇ ਇਸ ਤਰੀਕੇ ਦਾ ਕੋਈ ਵਿਅਕਤੀ ਸਿੱਖ ਸਮਾਜ ਦੇ ਵਿੱਚ ਆਉਂਦਾ ਤਾਂ ਮੈਂ ਸਮਝਦਾ ਕਿ ਇੱਕ ਦਸਤਾਰ ਦੀ ਪਹਿਚਾਣ ਹੈ ਜਿਹੜੀ ਉਹ ਬੜੇ ਵਧੀਆ ਤਰੀਕੇ ਦੇ ਨਾਲ ਮਿਲਣੀ ਚਾਹੀਦੀ ਹੈ ਔਰ ਆਮ ਆਦਮੀ ਪਾਰਟੀ ਇਹ ਮੰਨ ਕੇ ਚੱਲਦੀ ਹੈ ਜੀ ਅਮਨ ਜੀ ਕੋਈ ਅੰਦਾਜ਼ਾ ਕਿ ਸਮਾਂ ਕਦੋਂ ਆਊਗਾ ਇਹ ਟਾਈਮ ਆਉਣ ਦੋ ਜੀ ਸਾਰੇ ਕਾਰਡਸ ਨੇ ਜਿਹੜੇ ਉਹ ਡਿਸਕਲੋਜ਼ ਕੀਤੇ ਜਾਣਗੇ ਮੈਂ ਸਮਝਦਾ ਕਿ ਹਜੇ ਤਕਰੀਬਨ 8 ਮਹੀਨੇ ਪਏ ਨੇ ਇਟਸ ਟੂ ਅਰਲੀ ਆਈ ਥਿੰਕ ਹੋਰ 2-3 ਮਹੀਨੇ ਤੱਕ ਇਹ ਸਾਰੀ ਜਿਹੜੀ ਕਲੈਰਿਟੀ ਹੈ ਹੌਲੀ ਹੌਲੀ ਸਾਰੀਆਂ ਕਲੈਰਿਟੀਜ਼ ਨੇ ਜਿਹੜੀਆਂ ਉਹ ਤੁਹਾਡੇ ਸਾਹਮਣੇ ਪੰਜਾਬ ਔਰ ਦੁਨੀਆ ਦੇ ਸਾਹਮਣੇ ਰੱਖੀਆਂ ਜਾਣਗੀਆਂ ਜੀ ਅਰਵਿੰਦ ਕੇਜਰੀਵਾਲ ਦਾ ਸਿਰਫ ਇਹ ਇੱਕ ਐਲਾਨੀ ਹੈਡਲਾਈਨਸ ਬਣਾ ਰਿਹਾ ਆਫ ਕੋਰਸ ਬਿਜਲੀ ਨੂੰ ਲੈ ਕੇ ਇੱਕ ਮਤਲਬ ਇਹ ਸੈਂਟਰਲ ਇਸ਼ੂ ਬਣ ਗਿਆ ਪੰਜਾਬ ਦੇ ਵਿੱਚ ਬਿਜਲੀ ਨੂੰ ਲੈ ਕੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਲੀਡਰਸ਼ਿਪ ਤੋਂ ਇੱਕ ਸਟੇਟਮੈਂਟ ਸੁਣਨ ਨੂੰ ਮਿਲੀ ਹੈ ਅਤੇ ਅਰਵਿੰਦ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਅਗਰ ਦਿੱਲੀ ਦੇ ਵਿੱਚ ਬਿਜਲੀ ਫਰੀ ਦੇ ਵਿੱਚ ਮਿਲ ਸਕਦੀ ਹੈ ਜਾਂ ਇੰਨੀ ਪ੍ਰੋਵਿਜ਼ਨਸ ਇੰਨੀ ਸਹੂਲਤਾਂ ਮਿਲ ਸਕਦੀਆਂ ਦਿੱਲੀ ਦੇ ਸਿਟੀਜ਼ਨਸ ਨੂੰ ਦੈਨ ਵਾਈ ਨਾਟ ਪੰਜਾਬ ਪੰਜਾਬ ਦੇ ਵਿੱਚ ਕਿਉਂ ਨਹੀਂ ਇਹ ਹੋ ਸਕਦਾ ਆਈ ਹੈਵ ਟੂ ਆਸਕ ਯੂ ਅਮਨ ਜੀ ਤੁਸੀਂ ਇੱਕ ਪੋਲੀਟੀਕਲ ਫੈਮਿਲੀ ਤੋਂ ਆਉਂਦੇ ਹੋ ਸੋ ਤੁਸੀਂ ਇਸ ਚੀਜ਼ ਨੂੰ ਇੱਕ ਗਹਿਰਾਈ ਤੋਂ ਸਮਝਦੇ ਹੋ ਕਿ ਬਿਜਲੀ ਦੇ ਜੋ ਪੋਲੀਟਿਕਸ ਹੁੰਦੇ ਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪਲੇ ਆਊਟ ਹੁੰਦੇ ਆ ਖਾਸ ਕਰਕੇ ਇਲੈਕਸ਼ਨ ਸੀਜ਼ਨ ਦੇ ਵਿੱਚ ਇਹ ਬਿਜਲੀ ਦਾ ਜੋ ਐਲਾਨ ਕੇਜਰੀਵਾਲ ਜੀ ਨੇ ਕੀਤਾ ਰੀਸੈਂਟਲੀ ਇਹਦੇ ਵਿੱਚ ਕਿੰਨੀ ਕੁ ਵਾਇਬਿਲਿਟੀ ਹੈਗੀ ਕੀ ਪੰਜਾਬ ਦੇ ਵਿੱਚ ਬਿਜਲੀ ਦੇ ਇਸ ਤਰ੍ਹਾਂ ਦੀ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾ ਸਕਦੀਆਂ ਔਰ ਇਜ਼ ਦਿਸ ਜਸਟ ਅਨਦਰ ਪੋਲੀਟੀਕਲ ਸਟ੍ਰੈਟਜੀ ਨਹੀਂ ਅਸ਼ਮਿਤਾ ਜੀ ਅਸੀਂ ਸਿਰਫ ਕੋਈ ਪੋਲ ਪ੍ਰੋਮਿਸਿਸ ਝੂਠੇ ਅਸੀਂ ਨਹੀਂ ਕਰ ਸਕਦੇ ਹੈਗੇ ਇਹ 100% ਡੂਏਬਲ ਹੈ ਔਰ ਕਿਸ ਤਰੀਕੇ ਨਾਲ ਡੂਏਬਲ ਹੈ ਤੁਸੀਂ ਹੁਣ ਪੰਜਾਬ ਦਾ ਜਿਹੜਾ ਪਾਵਰ ਸਿਨੈਰੀਓ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਵਿੱਚ ਜਿਹੜਾ ਗੈਪ ਹੈ ਵਿੰਟਰਸ ਦੇ ਵਿੱਚੋਂ ਸਮਰ ਦੇ ਵਿੱਚੋਂ ਬਹੁਤ ਵੱਡਾ ਹੈ ਜਿਹੜਾ ਅਕਾਲੀ ਦਲ ਕਹਿੰਦਾ ਸੀ ਪੰਜਾਬ ਨੂੰ ਪਾਵਰ ਸਰਪਲਸ ਕਰ ਦਿੱਤਾ ਅੱਜ ਪੰਜਾਬ ਦੀ ਜਿਹੜੀ ਪਾਵਰ ਰਿਕੁਆਇਰਮੈਂਟ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਜਦ ਝੋਨੇ ਦੀ ਲਗਵਾਈ ਹੋ ਰਹੀ ਹੈ ਔਰ ਗਰਮੀਆਂ ਨੇ ਤਕਰੀਬਨ 14-14.5 ਮੈਗਾਵਾਟ ਚਾਹੀਦਾ ਔਰ ਸਰਦੀਆਂ ਦੇ ਵਿੱਚ ਰਾਤ ਨੂੰ 3000 ਮੈਗਾਵਾਟ ਔਰ ਦਿਨ ਦੇ ਵਿੱਚ 6000 ਮੈਗਾਵਾਟ ਚਾਹੀਦਾ ਸੋ ਗੈਪ ਹੈ ਜਿਹੜਾ ਬਹੁਤ ਵੱਡਾ ਹੈ ਉਹਨਾਂ ਨੇ ਜਿਹੜਾ ਪਾਵਰ ਸਰਪਲਸ ਕਰ ਦਿੱਤਾ ਉਹ 8-9 ਮਹੀਨੇ ਕਰ ਦਿੱਤਾ ਜਦੋਂ ਪੰਜਾਬ ਦੇ ਵਿੱਚ ਪਾਵਰ ਆਲਰੇਡੀ ਸਰਪਲਸ ਸੀਗੀ ਇਹਨਾਂ 3-4 ਮਹੀਨਿਆਂ ਦੇ ਲਈ ਤਾਂ ਪੰਜਾਬ ਅੱਜ ਵੀ ਪਾਵਰ ਡੈਫਿਸਿਟ ਹੈ ਹੁਣ ਇਹਦੇ ਰੀਜ਼ਨਸ ਕੀ ਨੇ ਰੀਜ਼ਨ ਇਹ ਨੇ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਸਮੇਂ ਅਜਿਹੇ 3 ਥਰਮਲ ਪਾਵਰ ਪਲਾਂਟ ਲੱਗ ਗਏ ਔਰ 3 ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹਨਾਂ ਨਾਲ ਐਗਰੀਮੈਂਟਸ ਇਸ ਤਰੀਕੇ ਦੇ ਹੋ ਗਏ ਕਿ ਜੇ ਤੁਸੀਂ ਇੱਕ ਵੀ ਯੂਨਿਟ ਉਹਨਾਂ ਤੋਂ ਬਿਜਲੀ ਨਾ ਖਰੀਦੋ ਤਾਂ ਵੀ ਤੁਹਾਨੂੰ ਫਿਕਸ ਚਾਰਜਿਸ ਨੇ ਜਿਹੜੇ ਉਹਨਾਂ ਨੂੰ ਦੇਣੇ ਪੈਂਦੇ ਨੇ ਤਕਰੀਬਨ ਇਹ ਜੇ ਸਾਰਾ ਸਾਲ ਹੀ ਉਹ ਨਾ ਚੱਲਣ ਤੇ ਤਕਰੀਬਨ 3800 ਕਰੋੜ ਰੁਪਏ ਜਿਹੜਾ ਉਹ ਹਰ ਸਾਲ ਦਾ ਬਣ ਜਾਂਦਾ 25 ਸਾਲ ਦੇ ਐਗਰੀਮੈਂਟ ਨੇ 88-88 ਹਜ਼ਾਰ ਕਰੋੜ ਹੈ ਜਿਹੜਾ ਉਹ ਬਣ ਜਾਣਾ ਹੈ ਇਹੀ ਰੀਜ਼ਨ ਹੈ ਕਿ ਅੱਜ ਪਾਵਰ ਕੱਟਸ ਜਿਹੜੇ ਪੰਜਾਬ ਦੇ ਵਿੱਚ ਲੱਗ ਰਹੇ ਨੇ ਕਿਉਂਕਿ ਐਗਰੀਮੈਂਟ ਦੇ ਵਿੱਚ ਇੱਕ ਹੋਰ ਕਲੋਜ਼ ਹੈ ਕਿ ਜੇ 3 ਯੂਨਿਟ ਨੇ ਜਿਹੜੇ ਸਪੋਜ਼ ਉਹ 90-90-91-91 ਦਿਨ ਨਾ ਬਿਜਲੀ ਸਪਲਾਈ ਕਰਨ ਤੇ ਉਹਨਾਂ ਨੂੰ ਤੁਸੀਂ ਕੋਈ ਉਹਨਾਂ ਨੂੰ ਕੁਛ ਨਹੀਂ ਕਹਿ ਸਕਦੇ ਹੈਗੇ ਸੋ ਇਸ ਕਰਕੇ
ਐਗਰੀਮੈਂਟਸ ਗਲਤ ਹੋ ਗਏ ਲੌਂਗ ਟਰਮ ਹੋ ਗਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਜਦੋਂ ਆਉਣੇ ਆ ਸਰਕਾਰ ਦੇ ਵਿੱਚ ਇਹਨਾਂ ਨੂੰ ਰੱਦ ਕਰਾਂਗੇ ਜਾਂ ਰਿਵਿਊ ਕਰਾਂਗੇ ਇਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਔਰ ਜਿਹੜੇ ਪਬਲਿਕ ਸੈਕਟਰ ਦੇ ਸਰਕਾਰੀ ਦੋ ਥਰਮਲ ਪਾਵਰ ਪਲਾਂਟ ਸੀਗੇ ਬਠਿੰਡਾ ਦੇ ਵਿੱਚ ਔਰ ਰੋਪੜ ਦੇ ਵਿੱਚ ਉਹ ਉਹਨਾਂ ਨੇ ਬੰਦ ਕਰ ਦਿੱਤੇ ਹੁਣ ਜਿਹੜਾ ਅਰਵਿੰਦ ਜੀ ਨੇ ਕਮਿੰਗ ਬੈਕ ਟੂ ਯੋਰ ਪੁਆਇੰਟ ਕਿ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਪ੍ਰੋਮਿਸ ਕੀਤਾ ਕਿ ਅਸੀਂ 300 ਯੂਨਿਟ ਪਰ ਫੈਮਿਲੀ ਅਸੀਂ ਹਰ ਮਹੀਨੇ ਫ੍ਰੀ ਦੇਵਾਂਗੇ ਇਸ ਸੈਕਟਰ ਦੇ ਵਿੱਚ ਅਸ਼ਮਿਤਾ ਜੀ ਤਕਰੀਬਨ ਜਿਵੇਂ ਤੁਹਾਨੂੰ ਤਿੰਨ ਚਾਰ ਐਗਜ਼ਾਮਪਲ ਦਵਾਂ ਇੱਕ ਤਾਂ ਜਿਹੜੇ ਫਿਕਸ ਚਾਰਜਿਸ ਨੇ ਇਹਨਾਂ ਨੂੰ ਦਿੱਤੇ ਜਾਂਦੇ ਨੇ ਉਹ ਬਹੁਤ ਵੱਡੀ ਰਕਮ ਹੈ ਜਿਹੜੀ ਉਹ ਬਣ ਜਾਂਦੀ ਹੈ ਪਛਵਾੜਾ ਕੋਲ ਮਾਈਨ ਹੈ ਪੰਜਾਬ ਦੀ ਆਪਦੀ ਕੋਲ ਮਾਈਨ ਹੈ ਉਹ ਤੋਂ ਕੋਲਾ ਲੈ ਨਹੀਂ ਰਹੇ ਪਿਛਲੇ 8 ਸਾਲਾਂ ਤੋਂ ਪ੍ਰਾਈਵੇਟ ਤੋਂ ਲੈ ਰਹੇ ਨੇ ਜਿਹਦੀ ਵਜ੍ਹਾ ਕਰਕੇ 700 ਕਰੋੜ ਹੈ ਜਿਹੜਾ ਉਹ ਪੰਜਾਬ ਨੂੰ ਐਡੀਸ਼ਨਲ ਪੇ ਕਰਨਾ ਪੈਂਦਾ ਹੈ ਇਸੇ ਤਰੀਕੇ ਦੇ ਨਾਲ ਕੋਲ ਵਾਸ਼ਿੰਗ ਔਰ ਟਰਾਂਸਪੋਰਟੇਸ਼ਨ ਦੇ ਚਾਰਜਿਸ ਨੇ 2800 ਕਰੋੜ ਰੁਪਇਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇ ਚੁੱਕੇ ਤੇ 10,000 ਕਰੋੜ ਹੈ ਜਿਹੜਾ ਉਹ 20 ਸਾਲਾਂ ਦੇ ਵਿੱਚ ਹੋਰ ਦੇ ਦੇਣਾ ਹੈ ਇਸੇ ਤਰੀਕੇ ਦੇ ਨਾਲ ਪਾਵਰ ਥੈਫਟ ਹੈ ਜਿਹੜੀ TND ਲਾਸਿਸ ਨੇ ਜਿਹੜੇ ਉਹ 1% ਪਾਵਰ ਥੈਫਟ ਪਾਵਰ ਲਾਸ ਮੀਨਸ 300 ਕਰੋੜ ਪੰਜਾਬ ਦੇ ਜਿਹੜਾ ਉਹ ਰੁੜ ਗਿਆ ਅੱਜ ਪੰਜਾਬ ਦੇ ਵਿੱਚ ਹਾਈਐਸਟ ਤਕਰੀਬਨ 18% ਨੇ ਜਿਹੜੇ ਕਿ ਵਰਲਡ ਓਵਰ ਆਪਾਂ ਦੇਖ ਲਈਏ ਤੁਹਾਡੇ ਸ਼ਾਇਦ ਅਮਰੀਕਾ ਦੇ ਵਿੱਚ ਵੀ 6-7% ਹੈ ਜਾਪਾਨ ਦੇ ਵਿੱਚ 6-7% ਹੈ ਇੰਡੀਆ ਦੇ ਵਿੱਚ 10% ਤੋਂ ਵੱਧ ਕਿਸੇ ਸਟੇਟ ਨਹੀਂ ਹੈਗਾ 18.5% ਹੈ ਤਕਰੀਬਨ 1500-1800 ਕਰੋੜ ਹੈ ਜਿਹੜਾ ਉਹ ਲਾਸ ਹੈ ਉਹ ਹੋ ਜਾਂਦਾ ਹੈ ਸੋ ਇਸ ਤਰੀਕੇ ਦੇ ਜਦੋਂ ਔਰ ਸਾਰੇ ਦਾ ਸਾਰਾ ਸੈਕਟਰ ਜਿਹੜਾ ਪਾਵਰ ਸੈਕਟਰ ਹੈ ਉਹ ਗਵਰਨਮੈਂਟ ਕੰਟਰੋਲ ਤੋਂ ਕੱਢ ਕੇ ਇਹਨਾਂ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਸੋ ਇਸ ਕਰਕੇ ਤਕਰੀਬਨ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ 6-7,000 ਕਰੋੜ ਰੁਪਏ ਜਿਹੜਾ ਉਹ ਸਿਰਫ ਔਰ ਸਿਰਫ ਪਾਵਰ ਸੈਕਟਰ ਦੇ ਵਿੱਚ ਉਹ ਜਾਂ ਡਾਊਨ ਦ ਡਰੇਨ ਚਲਾ ਜਾਂਦਾ ਹੈ ਤੇ ਜਾਂ ਉਹ ਇੰਨੀ ਕੁ ਲੁੱਟ ਹੋ ਜਾਂਦੀ ਹੈ ਤੇ ਉਹ ਲੁੱਟ ਪਹੁੰਚ ਜਾਂਦੀ ਹੈ ਲੋਕਾਂ ਦੀ ਲੁੱਟ ਹੋ ਕੇ ਲੀਡਰਾਂ ਦੇ ਅਫਸਰਾਂ ਦੇ ਔਰ ਮਾਫੀਆਜ਼ ਦੇ ਘਰਾਂ ਦੇ ਵਿੱਚ ਜਿਹਦੀ ਵਜ੍ਹਾ ਕਰਕੇ 5-7,000 ਕਰੋੜ ਰੁਪਏ ਜਿਹੜਾ ਖਜ਼ਾਨੇ ਚ ਆਉਣ ਦੀ ਬਜਾਏ ਡਾਊਨ ਦ ਡਰੇਨ ਜਾ ਰਿਹਾ ਹੈ ਜੇ ਅਸੀਂ ਉਹੀ ਬਚਾ ਲੈਂਦੇ ਹਾਂ ਐਂਡ ਦਿਸ ਇਜ਼ ਨੋ ਰਾਕਟ ਸਾਇੰਸ ਇਨਵੋਲਵ ਫੋਰ ਦਿਸ ਬੜੀ ਬੜਾ ਕਲੀਅਰਲੀ ਕੈਪਟਨ ਅਮਰਿੰਦਰ ਸਿੰਘ ਦਾ ਕਹਿੰਦੇ ਸੀ ਵਾਈਟ ਪੇਪਰ ਜਾਰੀ ਕਰਾਂਗੇ ਜਦੋਂ ਇਹਨਾਂ ਨੇ ਨਹੀਂ ਕੀਤਾ ਮੈਂ ਖੁਦ ਆਪ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਬਜਟ ਸੈਸ਼ਨ ਦੇ ਵਿੱਚ ਵਾਈਟ ਪੇਪਰ ਮੈਂ ਇਸ਼ੂ ਕੀਤਾ ਤੇ ਜਿਸ ਦੇ ਵਿੱਚ ਸਾਰਾ ਰੋਡਮੈਪ ਅਸੀਂ ਦਿੱਤਾ ਕਿ ਕਿਸ ਤਰੀਕੇ ਨਾਲ ਘੱਟੋ ਘੱਟ 6-7,000 ਕਰੋੜ ਰੁਪਏ ਬਚਾ ਕੇ 3-4 ਰੁਪਏ ਯੂਨਿਟ ਪਰ ਯੂਨਿਟ ਉਹ ਸਸਤੀ ਕੀਤੀ ਜਾ ਸਕਦੀ ਹੈ ਪਰ ਇਹਨਾਂ ਨੇ ਡੱਕਾ ਨਹੀਂ ਤੋੜਿਆ ਹੈਗਾ ਜੇ ਅਸੀਂ ਇਹੀ ਕਰ ਲੈਂਦੇ ਹਾਂ ਜਿਹੜਾ ਕਿ ਅਸੀਂ ਕਰਨ ਦੇ ਲਈ ਵਚਨਬੱਧ ਹਾਂ ਤਾਂ 300 ਯੂਨਿਟ ਪਰ ਹਾਊਸ ਹੋਲਡ ਹਰੇਕ ਪੰਜਾਬੀ ਨੂੰ ਦਿੱਤਾ ਜਾ ਸਕਦਾ ਹੈ ਦੇਰ ਇਜ਼ ਨਥਿੰਗ ਦੈਟ ਕੈਨੋਟ ਬੀ ਡਨ ਔਰ ਇਹ 300 ਯੂਨਿਟ ਦਿੱਤਾ ਵੀ ਜਾ ਸਕਦਾ ਹੈ ਔਰ ਤਕਰੀਬਨ 3-3.5 ਰੁਪਏ ਬਿਜਲੀ ਜਿਹੜੀ ਉਹ ਸਸਤੀ ਵੀ ਹੋ ਸਕਦੀ ਹੈ ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਉਹ ਸਾਰਾ ਕੁਝ ਸਕਦਾ ਵੇਅਰ ਦੇਰ ਇਜ਼ ਵਿਲ ਦੇਰ ਇਜ਼ ਵੇ ਪਰ ਕਰਨਾ ਨਹੀਂ ਚਾਹੁੰਦੇ ਹੈਗੇ ਜਿਹਦੀ ਵਜ੍ਹਾ ਕਰਕੇ ਅੱਜ ਪੰਜਾਬ ਦਾ ਇਹ ਹਾਲ ਹੋਇਆ ਪਿਆ ਜੀ ਅਮਨ ਜੀ ਆਮ ਗਲੈਡ ਕਿ ਤੁਸੀਂ ਕੁਝ ਫਿਗਰਸ ਸਾਡੇ ਨਾਲ ਸ਼ੇਅਰ ਕੀਤੇ ਖਾਸ ਕਰਕੇ ਜਿੱਥੇ ਮਹਿੰਗਾਈ ਦੀ ਅਤੇ ਯੂ ਨੋ ਖਰਚੇ ਦੀ ਗੱਲ ਆਉਂਦੀ ਹੈ ਬਿਕੋਜ਼ ਦੈਟ ਇਜ਼ ਮਾਈ ਨੈਕਸਟ ਕੁਐਸਚਨ ਆਈ ਵਾਂਟ ਟੂ ਟਾਕ ਪੰਜਾਬ ਇਸ ਵੇਲੇ ਕਿੰਨੇ ਕੁ ਕਰਜ਼ੇ ਦੇ ਵਿੱਚ ਹੈਗਾ ਅਤੇ ਕੀ ਪਲਾਨ ਆਪ ਰੱਖ ਰਿਹਾ ਇਸ ਕਰਜ਼ੇ ਨੂੰ ਚੁਕਾਉਣ ਦਾ ਟੂ ਮੇਕ ਪੰਜਾਬ ਡੈਟ ਫਰੀ ਇਹਦੇ ਬਾਰੇ ਗੱਲ ਕਰਾਂਗੇ ਇੱਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਸਾਨੂੰ ਰੁਕਣਾ ਪੈ ਰਿਹਾ ਤੁਸੀਂ ਕਿਤੇ ਨਾ ਜਾਓ ਵਿਊਅਰਸ ਨੂੰ ਮੈਂ ਬੇਨਤੀ ਕਰਦੀ ਹਾਂ ਤੁਹਾਡੀ ਕਾਲਸ ਵੀ ਚੁੱਕਾਂਗੇ ਬ੍ਰੇਕ ਤੋਂ ਉਸ ਪਰ ਪਲੀਜ਼ ਸਾਡੇ ਨਾਲ ਹੋਲਡ ਰੱਖਿਓ ਮਿਲਦੇ ਹਾਂ ਬ੍ਰੇਕ ਤੋਂ ਉਸ ਪਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਸਾਡੇ ਨਾਲ ਜੁੜੇ ਹਨ MLA ਪੰਜਾਬ ਤੋਂ ਅਮਨ ਅਰੋੜਾ ਜੀ ਫਰੋਮ ਦੀ ਆਮ ਆਦਮੀ ਪਾਰਟੀ ਅਮਨ ਜੀ ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਅਮਨ ਜੀ ਬ੍ਰੇਕ ਤੋਂ ਪਹਿਲੇ ਤੁਸੀਂ ਸਾਨੂੰ ਦੱਸ ਰਹੇ ਸੀ ਕਿ ਜਿੱਥੇ ਬਿਜਲੀ ਦਾ ਗੱਲ ਆਉਂਦੀ ਹੈ ਜੋ ਵੱਖਰੇ ਐਲਾਨ ਸਾਨੂੰ ਸੁਣਨ ਨੂੰ ਮਿਲਿਆ ਖਾਸ ਕਰਕੇ ਅਰਵਿੰਦ ਕੇਜਰੀਵਾਲ ਤੋਂ ਕਿ ਕੀ ਉਹਨਾਂ ਦੇ ਪਿੱਛੇ ਐਗਜ਼ੀਕਿਊਸ਼ਨ ਹੋ ਸਕਦੀ ਹੈ ਕਿੰਨੇ ਕੁ ਉਹ ਵਾਇਬਲ ਐਲਾਨ ਹੈਗੇ ਕਿ ਜਿੱਥੇ ਫਰੀ ਦੀ ਬਿਜਲੀ ਜਾਂ ਕੁਛ ਸਹੂਲਤਾਂ ਪ੍ਰੋਮਿਸ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਕਿਸ ਤਰ੍ਹਾਂ ਡਿਲੀਵਰ ਕੀਤਾ ਜਾਊਗਾ ਆਪ ਵੱਲੋਂ ਬਟ ਯੂ ਨੋ ਜਿੱਥੇ ਕੋਸਟ ਦੀ ਮਹਿੰਗਾਈ ਦੀ ਗੱਲ ਆਉਂਦੀ ਹੈ ਆਫਕੋਰਸ ਪੰਜਾਬ ਦੇ ਕਰਜ਼ੇ ਦੀ ਵੀ ਗੱਲ ਕਰਨੀ ਇੱਥੇ ਲਾਜ਼ਮੀ ਹੋ ਜਾਂਦੀ ਹੈ ਸੋ ਯੂ ਨੋ ਪਲੇਨ ਐਂਡ ਸਿੰਪਲ ਆਈ ਵਾਂਟ ਟੂ ਆਸਕ ਯੂ ਕਿ ਆਪ ਦਾ ਕੀ ਪਲਾਨ ਆ ਪੰਜਾਬ ਨੂੰ ਡੈਟ ਫਰੀ ਕਰਨ ਦਾ ਦੇਖੋ ਅਸ਼ਮਿਤਾ ਜੀ ਇਸ ਤਰ੍ਹਾਂ ਕਿ ਆਈ ਵੁੱਡ ਲਾਈਕ ਟੂ ਟੇਕ ਯੂ ਲਿਟਲ ਬਿਟ ਇਨ ਦ ਬੈਕਗ੍ਰਾਉਂਡ 86 ਦੇ ਵਿੱਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗਾ ਤੇ ਇਹਨਾਂ 30 ਸਾਲਾਂ ਦੇ ਵਿੱਚ ਹਾਲਾਤ ਇਹ ਬਣ ਗਏ ਕਿ ਜਦੋਂ ਅਕਾਲੀ ਦਲ ਦੀ ਸਰਕਾਰ 2007 ਦੇ ਵਿੱਚ ਬਣੀ ਹੈ ਉਦੋਂ ਪੰਜਾਬ ਦੇ ਸਿਰਫ 52,000 ਕਰੋੜ ਦਾ ਕਰਜ਼ਾ ਸੀਗਾ ਤੇ ਜਦੋਂ 2017 ਦੇ ਵਿੱਚ ਉਹ ਗਏ ਨੇ ਇਹ ਵੱਧ ਕੇ 1,96,000 ਕਰੋੜ ਦਾ ਕਰਜ਼ਾ ਹੋ ਗਿਆ ਯਾਨੀ ਕਿ 1,45,000 ਕਰੋੜ ਦੇ ਕਰੀਬ ਹੈ ਜਿਹੜਾ ਉਹ ਇਹਨਾਂ ਨੇ 10 ਸਾਲਾਂ ਦੇ ਵਿੱਚ ਚੜਾ ਦਿੱਤਾ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਇਹਨੇ 5 ਸਾਲਾਂ ਦੇ ਵਿੱਚ ਇਹ ਖੁਦ ਆਪ ਜੋ ਨੀਤੀ ਆਯੋਗ ਕੋਲ ਇਹ ਐਡਮਿਟ ਕਰਕੇ ਆਏ ਨੇ ਕਿ ਜਿਹੜਾ ਕਰਜ਼ਾ ਹੈ ਪੰਜਾਬ ਦਾ ਉਹ
by the end of the time they go, ਇਹ ਅਗਲੇ ਸਾਲ ਤੱਕ 2,92,000 ਕਰੋੜ ਹੋ ਜਾਣਾ, ਯਾਨੀ ਕਿ ਤਕਰੀਬਨ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਇੱਕ 5 ਸਾਲਾਂ ਵਿੱਚ 1 ਲੱਖ ਕਰੋੜ ਦਾ ਕਰਜ਼ਾ ਇਹਨਾਂ ਨੇ ਚੜਾ ਦੇਣਾ, ਔਰ ਇਸ ਤੋਂ ਇਲਾਵਾ 70-75,000 ਕਰੋੜ ਦਾ ਕਰਜ਼ਾ ਜਿਹੜਾ ਉਹ ਬੋਰਡਸ ਔਰ ਕਾਰਪੋਰੇਸ਼ਨ ਦੇ ਵਿੱਚ ਹੈ ਜਿਹੜਾ ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦਾ ਹੈਗਾ। ਹੁਣ ਤੁਸੀਂ ਕਿਹਾ ਕਿ ਕਿਵੇਂ ਹੋ ਸਕਦਾ, ਔਰ ਅਨਫੋਰਚੂਨੇਟਲੀ ਸਾਨੂੰ ਬਹੁਤ ਸਮਾਂ ਹੋ ਗਿਆ ਵਿਧਾਨ ਸਭਾ ਦੇ ਵਿੱਚ ਰੌਲਾ ਪਾਉਂਦੇ ਆ, ਇਹ ਜੇ ਅਸੀਂ ਇਹੀ ਕਹਿੰਦੇ ਰਹੇ ਹਾਂ ਕਿ ਤੁਸੀਂ ਜਿਹੜੇ ਘਰੇ ਜਿਹੜੇ ਮੋਗੇ ਖੋਲੇ ਹੋਏ ਨੇ ਆਪਣੇ ਲੀਡਰਾਂ ਨੇ ਆਪਦੇ ਘਰਾਂ ਕੰਨੀ, ਅਫਸਰਾਂ ਨੇ ਆਪਦੇ ਘਰਾਂ ਕੰਨੀ, ਜਦੋਂ ਤੱਕ ਤੁਸੀਂ ਉਹਨਾਂ ਲੂਪਹੋਲਸ ਨੂੰ ਪਲੱਗ ਇਨ ਨਹੀਂ ਕਰਦੇ ਹੈਗੇ ਉਦੋਂ ਤੱਕ ਇਹ ਸਿਸਟਮ ਸੈੱਟ ਨਹੀਂ ਆਉਣਾ ਹੈਗਾ। ਔਰ ਹਜੇ ਹੋਰ ਮਾੜਾ ਹਾਲ ਜੇ ਨਾ ਸੁਧਰਿਆ ਪੰਜਾਬ ਤਾਂ ਹੋ ਜਾਣਾ ਹੈ, ਉਹ ਇਸ ਕਰਕੇ ਹੋ ਜਾਣਾ ਹੈ ਕਿਉਂਕਿ ਜਦੋਂ GST ਲੱਗਿਆ ਸੀਗਾ 2017 ਦੇ ਵਿੱਚ 5 ਸਾਲ ਦੀ ਵਿੰਡੋ ਦਿੱਤੀ ਸੀ ਉਹਨਾਂ ਨੇ ਕਿ 14% ਕੰਪਨਸੇਸ਼ਨ ਹੈ ਜਿਹੜਾ ਉਹ ਮਿਲਣਾ ਸਟੇਟ ਨੂੰ, ਪੰਜਾਬ ਨੂੰ ਤਕਰੀਬਨ 14-15,000 ਕਰੋੜ ਹਰ ਸਾਲ ਮਿਲਦਾ ਅਤੇ ਜੂਨ 2022 ਦੇ ਵਿੱਚ ਉਹ ਬੰਦ ਹੋ ਜਾਣਾ ਹੈ। ਸੋ ਅਜਿਹੇ ਹਾਲਾਤਾਂ ਦੇ ਵਿੱਚ ਜਦ ਕਰਜ਼ੇ ਦੀ ਪੰਡ ਏਡੀ ਵੱਡੀ ਹੋ ਗਈ ਹੈ, ਜਿਹੜਾ ਸਿਰਫ ਔਰ ਸਿਰਫ ਆਪਦੀ ਜਿਹੜੀ ਕਮਿਟਿਡ ਲਾਇਬਿਲਿਟੀਜ਼ ਜਿਹਦੇ 'ਚ ਸੈਲਰੀਜ਼, ਪੈਨਸ਼ਨਸ ਔਰ ਇੰਟਰਸਟ ਆ ਜਾਂਦਾ ਹੈ ਕਰਜ਼ੇ ਦਾ, ਉਹਨੂੰ ਉਤਾਰਨ ਲਈ ਤੁਹਾਨੂੰ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਜੇ ਨਾ ਸੁਧਰਿਆ ਪੰਜਾਬ then we are going heading towards a disaster. Hun gal coming back to your point ki inu apa kive dobara theek kive kita ja sakda hai, dekho is tarah ke mukdi gal soft lamma rassa sire te gand gal itthe hi mukdi ki jo tak ke mafias chal rahe ne eh nahi control kite janange oh tak punjab dwara nahi revive kar sakda hega। ajj takriban 25-30,000 crore jehde main tuhanu pehla departments ganaye ne ਜਿਹਦੇ ਵਿੱਚ ਪਾਵਰ, ਜਿਹਦੇ ਵਿੱਚ ਐਕਸਾਈਜ਼, ਜਿਹਦੇ ਵਿੱਚ ਮਾਈਨਿੰਗ, ਟਰਾਂਸਪੋਰਟ, ਕੇਬਲ ਅਤੇ ਜਨਰਲ ਕਰਪਸ਼ਨ ਹੈ, 25-30,000 ਕਰੋੜ ਹੈ ਜਿਹੜਾ ਇਹ ਡਾਊਨ ਦ ਡਰੇਨ ਚਲਾ ਜਾਂਦਾ ਹੈ। ਮਨੀ ਮਲਟੀਪਲਾਈਜ਼ ਇਟਸੈਲਫ, ਜੇ ਇਹ ਪੈਸਾ ਖਜ਼ਾਨੇ 'ਚ ਆਉਣ ਲੱਗ ਜਾਵੇ ਤਾਂ 5 ਸਾਲਾਂ ਦੇ ਵਿੱਚ 30,000 ਕਰੋੜ, 5 ਸਾਲਾਂ ਦੇ ਵਿੱਚ 1.5 ਲੱਖ ਕਰੋੜ ਹੈ ਜਿਹੜਾ ਅਸ਼ਮਿਤਾ ਜੀ ਉਹ ਬਣ ਜਾਂਦਾ ਹੈ। ਬਹੁਤ ਸਾਰੀਆਂ ਸਕੀਮਾਂ ਤਾਂ ਅਜਿਹੀਆਂ ਨੇ ਕਿ ਜੇ 10% ਪੰਜਾਬ ਸਰਕਾਰ ਨੇ ਪਾਉਣਾ ਹੋਵੇ ਅਤੇ 90% ਸੈਂਟਰਲ ਗਵਰਨਮੈਂਟ ਦੀ ਨੇ ਪਿੱਚ ਇਨ ਕਰਨਾ ਹੋਵੇ ਤਾਂ 10% ਪਾਉਣ ਜੋਗੀ ਵੀ ਇਹਨਾਂ ਕੋਲ ਹੁੰਦੇ ਨਹੀਂ ਹੈਗੇ ਅਤੇ ਉਹ 90% ਵੀ ਵਾਪਸ ਚਲਾ ਜਾਂਦਾ ਹੈ। ਸੋ ਇਸ ਕਰਕੇ ਫਿਸਕਲ ਪ੍ਰੂਡੈਂਸ ਦੀ ਨਾਮ ਦੀ ਕੋਈ ਚੀਜ਼ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਨਹੀਂ ਹੈਗੀ। ਜਦੋਂ ਤੱਕ ਉਹ ਨਹੀਂ ਹੋਊਗੀ ਉਦੋਂ ਤੱਕ ਪੰਜਾਬ ਨਹੀਂ ਵੱਸ ਸਕਦਾ ਹੈਗਾ। ਜਦੋਂ ਇਹ ਹੋਇਆ ਉਸ ਤੋਂ ਬਾਅਦ ਮੈਂ ਸਮਝਦਾ ਕਿ ਹੁਣ ਜੱਜ ਆਪਾਂ ਖੇਤੀ ਪ੍ਰਧਾਨ ਸੂਬਾ ਹੈ, ਸਭ ਤੋਂ ਵੱਧ ਜੇ ਕਿਸੇ ਪਾਸੇ ਲੋੜ ਹੈਗੀ ਤਾਂ ਕ੍ਰੋਪ ਡਾਇਵਰਸੀਫਿਕੇਸ਼ਨ ਪਾਸੇ ਲੈ ਕੇ ਜਾਣ ਦੀ ਲੋੜ ਹੈ, ਇੰਡਸਟਰੀ ਨੂੰ ਪ੍ਰਮੋਟ ਕਰਨ ਦੀ ਲੋੜ ਹੈ, ਜਿਹੜੀਆਂ ਤੁਹਾਡੀਆਂ ਇੰਡਸਟਰੀ ਜਿਹੜੀ ਲੈ ਕੇ ਆਉਣੀ ਹੈ ਉਹ ਫੂਡ ਪ੍ਰੋਸੈਸਿੰਗ ਇੰਡਸਟਰੀ ਲੈ ਕੇ ਆਉਣੀ ਚਾਹੀਦੀ ਹੈ, ਕਿਸਾਨਾਂ ਦੀ ਕ੍ਰੋਪ ਦੀ ਵੈਲਿਊ ਐਡੀਸ਼ਨ ਹੈ ਉਹ ਹੋਣੀ ਚਾਹੀਦੀ ਹੈ। ਇਹਦੇ ਨਾਲ ਪੰਜਾਬ ਦਾ ਜਿਹੜਾ ਝੋਨੇ ਦੀ ਵਜ੍ਹਾ ਕਰਕੇ ਪਾਣੀ ਦਾ ਨੁਕਸਾਨ ਹੋ ਰਿਹਾ ਉਹ ਬਚੇਗਾ, ਜਿਹੜਾ 6-7,000 ਕਰੋੜ ਰੁਪਏ ਬਿਜਲੀ ਦਾ ਵੇਸਟ ਹੁੰਦਾ ਉਹ ਬਚੇਗਾ, ਇਹਦੇ ਨਾਲ ਇੰਡਸਟਰੀ ਆਏਗੀ ਉਹਨੂੰ ਇਨਸੈਂਟਿਵ ਦੇ ਕੇ ਇੰਡਸਟਰੀ ਨੂੰ ਲੈ ਕੇ ਆਉਣਾ ਚਾਹੀਦਾ ਹੈ। ਜਦੋਂ ਇੰਡਸਟਰੀ ਆਏਗੀ ਉਹਦੇ ਨਾਲ ਨੌਜਵਾਨਾਂ ਦੇ ਹੱਥਾਂ ਦੇ ਵਿੱਚੋਂ ਨਸ਼ੇ ਦੀਆਂ ਪੁੜੀਆਂ ਲੈ ਕੇ ਅਸੀਂ ਜਦੋਂ ਰੋਜ਼ਗਾਰ ਦੇਵਾਂਗੇ ਉਹਨਾਂ ਨੂੰ, ਉਹੀ ਪੈਸਾ ਜਿਹੜਾ ਘੁੰਮ ਫਿਰ ਕੇ ਦੁਬਾਰਾ ਇਕਨੋਮੀ ਦੇ ਵਿੱਚ ਆਏਗਾ, ਮਲਟੀਪਲਾਈ ਹੋਏਗਾ। ਜਦੋਂ 1 ਰੁਪਿਆ ਇਕਨੋਮੀ ਦੇ ਵਿੱਚ ਪੰਪ ਇਨ ਹੋ ਜਾਂਦਾ ਦੈਨ ਇਟ ਗੋਜ਼, ਦੈਨ ਇਟ ਮਲਟੀਪਲਾਈ 6 ਟਾਈਮਸ, 6 ਵਾਰੀ ਉਹਨੇ ਰੋਟੇਟ ਹੋਣਾ ਹੁੰਦਾ। ਸੋ ਇਸ ਕਰਕੇ ਜਦੋਂ ਤੱਕ ਇਹ ਸਾਰਾ ਕੁਝ ਨਹੀਂ ਹੋਏਗਾ ਉਦੋਂ ਤੱਕ Amanji, I'm sorry to cut you off here. You know, jo tusi kind of ithe recommendation de rahe ho ki kis tarah is karje nu chukaya ja sakda hai, I have to ask you because you know yes plan bahut important hai ga but timeline us to bhi zyada important hai, ye jo sari cheezan tusi keh rahe ho inna di ki timeline hoegi, ki ek term ek 5 saal di term de vich ho sakdi hai, like what's the timeline around this? ਦੇਖੋ ਅਸ਼ਮਿਤਾ ਜੀ, ਇਸ ਤਰ੍ਹਾਂ ਕਿ ਕੋਈ ਵੀ ਜਾਦੂ ਜੀ ਛੜੀ ਕਿਸੇ ਕੋਲ ਹੱਥ ਦੇ ਵਿੱਚ ਨਹੀਂ ਹੁੰਦੀ ਹੈਗੀ। ਜੇ ਤੁਸੀਂ ਉਹ ਕਹਿ ਦਿਓ ਵੀ ਅਸੀਂ 4 ਦਿਨਾਂ ਜਾਂ 4 ਹਫ਼ਤੇ ਜਿਵੇਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਨੂੰ ਮੱਥੇ 'ਤੇ ਲਾ ਕੇ ਕਹਿਤਾ ਸੀਗਾ, ਉਹ ਸਿਰਫ ਸਿਆਸੀ ਸ਼ੋਖੇਬਾਜ਼ੀ ਔਰ ਝੂਠ ਹੁੰਦਾ, ਹੋਰ ਕੁਛ ਨਹੀਂ ਹੁੰਦਾ ਹੈਗਾ। ਹਰੇਕ ਚੀਜ਼ ਨੂੰ ਟਾਈਮ ਲੱਗਦਾ। ਮੈਂ ਸਮਝਦਾ ਕਿ ਪੰਜਾਬ ਨੂੰ ਅੱਜ 3 ਪਲਾਨਸ ਨੇ ਜਿਹੜੇ 3-ਟਰਮ ਪਲਾਨ ਹੈ ਜਿਹੜਾ ਉਹ ਬਣਾਉਣਾ ਚਾਹੀਦਾ। 1 ਸ਼ੁੱਡ ਬੀ ਸ਼ਾਰਟ ਟਰਮ ਪਲਾਨ ਵਿਚ ਮੀਨਸ ਕਿ 1.5-2 ਸਾਲ ਦੇ ਵਿੱਚ ਔਰ 1.5-2 ਸਾਲ ਦੇ ਵਿੱਚ ਕੀ ਕੁਛ ਹੋਣਾ ਚਾਹੀਦਾ, ਜਿੰਨੇ ਮਾਫੀਆਜ਼ ਦੇ ਚੱਲਦੇ ਨੇ ਇਹ ਖਤਮ ਹੋ ਜਾਣੇ ਚਾਹੀਦੇ ਨੇ। ਜਦੋਂ ਖਤਮ ਹੋ ਗਏ ਤੇ ਵਿਦਇਨ 3-5 ਈਅਰਸ ਤੁਸੀਂ 1 ਟਰਮ ਦੇ ਵਿੱਚ ਤੁਸੀਂ ਜਦੋਂ ਪੈਸਾ ਤੁਹਾਡੇ ਕੋਲ ਐਡੀਸ਼ਨਲ ਆਉਣਾ ਸ਼ੁਰੂ ਹੋ ਗਿਆ, ਤੁਸੀਂ ਕਿਸਾਨਾਂ ਦੀ ਬਾਂਹ ਵੀ ਫੜ ਸਕਦੇ ਹੋ, ਤੁਸੀਂ ਇੰਡਸਟਰੀ ਪ੍ਰਮੋਟ ਕਰ ਸਕਦੇ ਹੋ, ਤੁਸੀਂ ਹੈਲਥ ਔਰ ਐਜੂਕੇਸ਼ਨ ਸਿਸਟਮ ਨੂੰ ਵੀ ਇੰਪਰੂਵ ਕਰ ਸਕਦੇ ਹੋ। ਸਭ ਤੋਂ ਵਧੀਆ ਔਰ ਵੱਡੀ ਜੇ ਕੋਈ ਕੈਪੀਟਲ ਇਨਵੈਸਟਮੈਂਟ ਹੁੰਦੀ ਹੈ ਤਾਂ ਮੈਂ ਸਮਝਦਾ ਕਿ HR ਦੇ ਵਿੱਚ ਹੁੰਦੀ ਹੈ। ਅੱਜ ਸਕੂਲਾਂ ਦੇ ਉੱਪਰ ਇਨਵੈਸਟ ਕਰਨ ਦੀ ਲੋੜ ਹੈ ਇਹਨਾਂ 3-4 ਸਾਲਾਂ ਦੇ ਵਿੱਚ, 5 ਸਾਲਾਂ ਦੇ ਵਿੱਚ, ਜਦੋਂ ਸਾਡੇ ਉੱਪਰ ਵਿਸ਼ਵਾਸ ਬਣ ਜਾਂਦਾ ਲੋਕਾਂ ਦਾ, ਪੰਜਾਬੀਆਂ ਦਾ, ਕਿ ਨਹੀਂ ਸਰਕਾਰ ਇਮਾਨਦਾਰ ਹੈ ਤੇ ਸਰਕਾਰ ਸਾਡੀ ਹੈ, ਸਾਡੇ ਲਈ ਹੈ, ਤੇ ਫਿਰ ਮੈਂ ਸਮਝਦਾ ਕਿ ਲੋ ਇਨਵੈਸਟਮੈਂਟ ਹੈ ਜਿਹੜੀ ਉਹ ਬਾਹਰੋਂ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ।
इस तो बाद यह सारा कुछ हो सकता है पांच सालों बड़े आराम के वेरी ईजीली। हूँ जोड़ा मैं समझता कि वाला चैलेंज तुहाडे लई मेरे लिए हरेक पंजाबी दे लई और आम आदमी पार्टी दे लई भी होएगा जिहड़ा लोंग टर्म प्लान है। मैं अश्मिता जी एक चीज मान के चलदा कि जिहड़ा इन्हां चार पंज सालों तो बाद तक लंबा जाएगा लोंग टर्म प्लान आप जिहनूं कह दिंदे आ उहदे च नंबर एक पंजाब दे पाणियां नूं बचाउणा जिहड़ा कि हर साल तकरीबन 2-2.5 फुट नीचे जा रहा है पंजाब रेगिस्तान बनण वाल वध रहा है नंबर वन। नंबर टू जिहड़े अज्ज पंजाब दे नौजवान नशियां दे विच खत्म हो गए वह एक जनरेशन है जिहड़ी वह बड़ी बुरी तरह हिट हुई हुई है उन्हां नूं दुबारा उहदे विचों कढ के नशियां दी सप्लाई चेन तोड़ के उहनूं रीहैबिलिटेट करना है यह भी 5 साल तो अगे तक का प्लैन होएगा। और तीजी सब तो वड्डी और जिहड़ी मेरी विशुअल थिंकिंग है वह यह है कि जो अज्ज पंजाब दे विचों ब्रेन ड्रेन दे नाल नाल रिसोर्स ड्रेन और ह्यूमन रिसोर्स है और फाइनैशियल रिसोर्स जिहड़े पंजाब दे विचों ड्रेन हो रहे हैं। पहला हुंदा सीगा कि पंजाब चो एक बंदा जांदा सीगा बाहर अमेरिका कैनेडा ऑस्ट्रेलिया उत्थों जाके पैसे कमा के वापस भेजदा सीगा ते हुण की हो रहा है कि इत्थे एक बंदा जांदा है नाल मगर फैमिली बुलाउंदा फिर इत्थों सारा कुछ वेच वट के बाहर पहुंच जांदा है। यह इस करके हो रहा है क्योंकि लोगों का सिस्टम के उपरों विश्वास है जिहड़ा ओ उठ चुका। मैं ये मन के चलता मेरी दिली इच्छा और जे भी जिंदगी का एक सुपना एक ख्वाब यह हो सकता है कि जदों तक वो रिवर्स माइग्रेशन इन्हां कंट्रीज तो पंजाब दे विच नहीं हुंदी हैगी उदों तक साडा सुपनिआं दा पंजाब है जिहड़ा वो नहीं बनेगा। सो इस करके चीज़ां ने जिहड़ियां जिन्हां एक कॉन्फिडेंस पंजाब तो उपरों पॉलिटिक्स तो उपरों और सरकारां तो उपरों उठ चुकिआ उहदी बहाली दे लई मैं समझदा कि वो टाइम पांच साल टाइमलाइन है जिहड़ी वो 5 साल तो भी अगे जाएगी। So this is 3-pronged strategy, short term, mid term and long term. थैंक यू सो मच फॉर दैट अमन जी। कॉलरस बेसबरी नाल होल्ड कर रहे वेट कर रहे तो नाल गल करने लिए सो उन्हां तो भी सुन लेंदे हैं। सत श्री अकाल तुसी ऑन एयर हो। हेलो हाँ जी सत श्री अकाल जी तुसी ऑन एयर हो। हाँ जी भैन जी सत श्री अकाल जी मेरी सारे सुनने वाले भैणां भरावां सत्कार भरी सत श्री अकाल जी जी। हाँ जी मेरा भाजी हुणां नूं ये पुछना कि यह आ जिहड़ा बिजली का मुद्दा ये तो समाए बाकी जिहड़े बहुत ही इंपोर्टेंट होर मुद्दे भी पंजाब दे विच हैगे आ उहनां प्रति भी उहनां संजीदा होणगे और पिंड पिंड दे विच जां आम लोकां नूं उहदे प्रति सारी जानकारी दे सकणगे उह ते दूसरा यह आ कि असीं ते इत्थे तक भी ये मानदे हां कि जिहड़ा पंजाब दे विच इंस्पैक्टरी सिस्टम है ये भी एक बहुत वड्डा माफिया है उत्थे। एक होर हैगी है जी गल पे असी सुनते सी कि इंडिया सोने की चिड़ी सी पर हकीकत जाने बाकी इंडिया का तो नहीं मैं कह सकता पंजाब सचमुच सोने की चिड़ी सी पर इन्होंने दो पार्टियां ने अपडाउन दोहां ने करदिया ने उन्हें लोहे की चिड़ी भी नहीं रहन दिता ये बहुत ज़्यादा हर वेले मन से बहुत बड़ा दुख लगता है। जी जी थैंक यू सो मच थोड़े कॉल लिए। आई थिंक अमन जी सब तो वड्डा सवाल इत्थे जो इंस्पैक्टरी का माफिया बना पिया उन्हूं लैके सरकार वालों की चेंजेस आ सकते हैं खास करके आप पार्टी वालों की चेंजेस तुसीं लैके आ सकते हो। मैडम देखो इस तरह मैं बाई जी हुणां दी गल नाल बिल्कुल सहमत हाँ कि साढ़े नंबर एक ने दो गल्लां कीतियां कि बाकी इशूज के लिए भी साढ़े कोल प्लान है। यू कैन डिस्कस विद मी इन डिटेल इन लेंथ एंड ब्रेड इशूज जिहड़े पंजाब दे हैगे किसानी नूं किवें लाहेवंद धंधा बनाउणा है नशा रोजगार किवें पैदा करने ने इकोनमी नूं किवें ट्रैक ते लैके आउणा है जिहड़े हैल्थ और एजुकेशन सिस्टम नूं किवें ट्रैक ते लैके आउणा है माफियाज किवें खत्म करने ने वी हैव ऑल द प्लान्स ऑल द रोड मैप सैट इन प्लेस हरेक इशू के उपर आप गल कर सकते हैं। हाँ जी गल इन्होंने की एंड वील डू दैट वी आर कमिटेड फॉर दैट। नंबर टू जी गल की इंस्पैक्टरी राज की देखो इंस्पैक्टरी राज इज टिप ऑफ द आइसबर्ग ऑफ वन माफिया वो माफिया किहड़ा है कि जिहड़ा यह इंडस्ट्री वालों नूं ते व्यापारियों नूं तंग परेशान करने लई उन्हां तों जिहड़ी करप्शन करदे ने इह तां 5 मिंटां दे विच लोट आ सकदा है जिहड़े 2-4-5-4 माड़े कौं हैगे जिहड़े जिहड़े जिन्होंने आपका बर्थराइट समझ रखे कि जो असी सरकारी नौकरी अफसर लागे तो इस करके लोगों को लुटो उन्होंने यह मार के 5-4 नूं टंग दो तो 5 दिनों सारे बंदे बन जाएंगे जिहड़ा करप्ट माड़ा बंदा होंदा नहीं लत्तां भार नहीं ढलदी होंदियां हैगियां ये सारा कुछ हो सकता है ये विल पावर चाहीदी है तुहाडे कोल जे मैं मन के चलदा जे चंगे ईमानदार बंदे नूं सरकार का हौसला नहीं हैगा
ਤੇ ਮਾੜੇ ਕਰਪਟ ਬੰਦੇ ਨੂੰ ਸਰਕਾਰ ਦਾ ਡਰ ਨਹੀਂ ਹੈਗੀਆਂ ਉਹਦੀਆਂ ਲੱਤਾਂ ਹੱਥਰ ਨਹੀਂ ਕੰਬਦੀਆਂ ਕਿ ਤੇ ਸਰਕਾਰ ਕਾਦੀ ਹੋਈ ਹੋ ਇਹ ਤਾਂ 5 ਮਿੰਟਾਂ ਦਾ ਕੰਮ ਹੈ ਜੀ ਤੇ ਅਸੀਂ ਦਿਨਾਂ ਚ ਕਰ ਦਾਂਗੇ ਜੀ 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 ਸਤਿ ਸ਼੍ਰੀ ਅਕਾਲ ਤੁਸੀਂ ਆਨ ਏਅਰ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹਾਂ ਜੀ ਮੈਂ ਜਸਮੀਰ ਸਿੰਘ ਗਰਾਲਾ ਨਿਊਯਾਰਕ ਤੋਂ ਬੋਲਦਾ ਜੀ ਜੀ ਦੱਸੋ ਤੁਸੀਂ ਆਨ ਏਅਰ ਹੋ हां जी मैं क्वेश्चन कर रहा सी कि जिस तरह अपने बिजली वास्ते केजरीवाल साहब कह गए ने कि 300 यूनिट जड़ी ये माफ होएगी ते जे 301 यूनिट आ जांदी है तो उहदा बिल होएगा ते पर ये गल किस तरह बनेगी कि मतलब कि एक यूनिट दा ही बिल भरना पेगा या 301 यूनिट दा ही बिल भरना पेगा वेरी गुड क्वेश्चन थैंक यू सो मच तुहाडे क्वेश्चन ले कॉल ले अमन जी The devil is in the details. A caller, Jana Chandi, एक यूनिट का बिल फिल आउट करना पड़ेगा. How does that work? नहीं कुछ देखो अश्मिता जी थोड़ा गल है जी बिल्कुल और भाई जी उन्होंने भी जो सवाल है वो बड़ा बड़ा जायज है उस दिन भी कंफ्यूजन है बहुत वे पद्धर के उपर पैदा हो गया सीगा उस तो मगर इमीजिएटली राघव चड्ढा होना ने और भगवंत मान जी उन्होंने क्लीयर कर दिता सीगा कि जिहड़े एग्जिस्टिंग जिहड़े सैक्शन है जिन्हां दे विच तुहाडे बिलो पॉवर्टी लाइन आउंदे ने SCBCs आउंदे ने जिन्हां दा हुण 200 यूनिट पर मंथ माफ है उन्हां दा 300 यूनिट है जिहड़ा ओ पर मंथ माफ होना शुरू हो जाएगा उन्हां तों उपर जे किसे दा आएगा तां ओह सिर्फ उन्ने ही यूनिट्स दा आएगा जिहड़ियां बाकी जनरल कैटेगरीज ने उन्हां दा जे 300 यूनिट तों उपर टप जांदा है पर मंथ तां ओह बिल है जिहड़ा ओह सारा है कि पार्टी ने क्लीयर कर दिता सीगा उहदे देखो दो तीन रीजन ने आम घरां दा जिहदे विच तकरीबन 75-80% पॉपुलेशन आ जांदी है इनफैक्ट मिड फैमिलीज भी ने जिहड़ियां ਉਹਨਾਂ ਦਾ 300 ਯੂਨਿਟ ਤੋਂ ਉੱਪਰ ਪਰ ਮੰਥ ਟੱਪਦਾ ਨਹੀਂ ਹੈਗਾ ਦੈਟ ਮੀਨਸ ਕਿ 12 ਮਹੀਨਿਆਂ ਦੇ ਉਸ ਦੇ ਵਿੱਚ ਤਕਰੀਬਨ 8 ਮਹੀਨੇ ਨੇ ਜਿਹੜੇ ਉਹਨਾਂ ਦਾ ਕੋਈ ਬਿੱਲ ਨਹੀਂ ਆਏਗਾ ਬਾਕੀ ਦੇ ਜਿਹੜੇ ਸਪੋਜ਼ 4 ਮਹੀਨੇ ਰਹਿ ਗਏ ਦੇਖੋ ਅਸੀਂ ਇਹ ਚੀਜ਼ ਵੀ ਚਾਹੁੰਦੇ ਆ ਅਸੀਂ ਕੋਈ ਲੋਕਾਂ ਨੂੰ ਇਹ ਨਹੀਂ ਚਾਹੁੰਦੇ ਹੈਗੇ ਕਿ ਲੋਕਾਂ ਨੂੰ ਅਸੀਂ ਕੋਈ ਮੁਫਤਖੋਰ ਬਣਾਈਏ ਅਸੀਂ ਇਹ ਚਾਹੁੰਦੇ ਆ ਕਿ ਥੋੜੀ ਜੀ ਇੱਕ ਪਾਵਰ ਪ੍ਰੂਡੈਂਸ ਹੈ ਜਿਹੜੀ ਉਹ ਵੀ ਕੰਸੀਡਰ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਜੇ ਬੰਦਾ ਘਰ ਤੋਂ ਬਾਹਰ ਗਿਆ ਹੈ ਏਸੀ ਪੱਖੇ ਤੇ ਹੋਰ ਸਾਰਾ ਕੁਝ ਚੱਲ ਰਿਹਾ ਹੈ ਕੋਈ ਇਹ ਚੀਜ਼ ਤਾਂ ਕੋਈ ਵੀ ਕੰਟਰੀ ਅਫੋਰਡ ਨਹੀਂ ਕਰ ਸਕਦਾ ਹੈਗਾ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਇੱਕ ਸਪੋਰਟ ਅਸੀਂ ਇੱਕ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਜਿਹੜਾ ਜਿਵੇਂ ਦੁਬਾਰਾ ਰਿਪੀਟ ਕਰਦਾ ਕੋਈ ਪੈਸਾ ਕੋਈ ਅਸੀਂ ਆਪਦੀ ਜੇਬਾਂ ਦੇ ਵਿੱਚ ਲੋਕਾਂ ਨੂੰ ਥੋੜੋ ਦੇਣਾ ਹੈ ਅਸੀਂ ਜਿਹੜਾ 5-7 ਹਜ਼ਾਰ ਕਰੋੜ ਰੁਪਿਆ ਜਿਹੜਾ ਮਾਫੀਆ ਦੇ ਰੂਪ ਦੇ ਵਿੱਚ ਡਾਊਨ ਦਾ ਡਰੇਨ ਚਲਾ ਜਾਂਦਾ ਹੈ ਅਸੀਂ ਉਹਨੂੰ ਬਚਾਉਣਾ ਹੈ ਤੇ ਉਹਦੇ ਨਾਲ ਇਹ ਪੈਸੇ ਜਿਹੜਾ ਉਹ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚਦਾ ਕਰਨਾ ਜੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਨ ਏਅਰ ਹੋ ਹਾਂਜੀ ਮੈਂ 2-3 ਗੱਲਾਂ ਪੁੱਛਣੀਆਂ ਚਾਹੁੰਦਾ ਜੀ ਜੀ ਪਲੀਜ਼ ਅਮਨ ਜੀ ਕੋਲੋਂ ਜੀ ਪਹਿਲੀ ਗੱਲ ਤੇ ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਕੋਲੋਂ ਵੀ ਜਿਹੜਾ ਇਹ ਪਾਰਟੀ ਨੂੰ ਕਹਿ ਰਹੇ ਹੈ ਕਿ ਇੱਕ ਢਾਂਚਾ ਹੈਗਾ ਉਹਨੂੰ ਪੂਰਾ ਗਾਈਡ ਕੀਤਾ ਜਾਏਗਾ ਪੰਜਾਬ ਦੇ ਲੋਕਾਂ ਨੂੰ ਰਾਜ ਦਿੱਤਾ ਜਾਏਗਾ ਸਹੀ ਦਿੱਤਾ ਜਾਏਗਾ ਜਦੋਂ ਇਹਨਾਂ ਦੀ ਪਹਿਲੀ ਵਾਰੀ ਸਰਕਾਰ ਬਣੀ ਸੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਤੇ ਉਹ ਕਾਂਗਰਸ ਦੀ ਸਪੋਰਟ ਨਾਲ ਬਣੀ ਸੀ ਤੇ ਇਹਨਾਂ ਨੇ ਉਹ ਸਰਕਾਰ ਕੁਝ ਦਿਨਾਂ ਬਾਅਦ ਹੀ ਟੁੱਟ ਗਈ ਸੀ ਤੇ ਦੁਬਾਰਾ ਇਹਨਾਂ ਨੇ ਇਹ ਪਾਵਰ ਚ ਆਏ ਸੀ ਉੱਥੇ ਲੋਕ ਇਹਨਾਂ ਦੇ ਨਾਲ ਖੜੇ ਹੋਏ ਹੁਣ ਜਦੋਂ 2017 ਚ ਇਲੈਕਸ਼ਨ ਹੋਈ ਆ ਉਦੋਂ ਇਹ ਆਮ ਆਦਮੀ ਪਾਰਟੀ ਨਾਲ ਇਕੱਲਾ ਪੰਜਾਬ ਹੀ ਨਹੀਂ ਸੀ ਖਲੋਤਾ ਵਿਦੇਸ਼ਾਂ ਤੋਂ ਬੜੇ ਸਾਰੇ ਲੋਕ ਜਿਹੜੇ ਆ ਵਿਦੇਸ਼ੀ ਜਿਹੜੇ ਅਸੀਂ ਪੰਜਾਬੀ ਵਿਦੇਸ਼ਾਂ 'ਚ ਬੈਠੇ ਹਾਂ ਸਾਨੂੰ ਪੰਜਾਬ ਦੀ ਚਿੰਤਾ ਹੈ ਅਤੇ ਅਸੀਂ ਮਤਲਬ ਹਰ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨਾਲ ਖਲੋਤੇ ਸੀ ਬੜੀ ਆਸ ਕਰਦੇ ਸੀ ਵੀ ਆਮ ਆਦਮੀ ਪਾਰਟੀ ਸੋਹਣਾ ਬਦਲਾਅ ਲਿਆਏਗੀ ਅਸ਼ਮਿਤਾ ਜੀ ਮੈਂ ਤੁਹਾਨੂੰ ਵਧਾਈ ਵੀ ਦੇਣਾ ਚਾਹੂੰਗਾ ਵੀ ਤੁਸੀਂ ਪਹਿਲਾਂ ਹੀ ਕਾਫੀ ਸੋਹਣੇ ਸਵਾਲ ਕਰ ਚੁੱਕੇ ਹੋ ਮੇਰੇ ਤੋਂ ਪਹਿਲਾਂ ਦੋ ਸੱਜਣ ਜਿਨ੍ਹਾਂ ਨੇ ਗੱਲਾਂ ਕੀਤੀਆਂ ਉਹਨਾਂ ਨੇ ਵੀ ਬਹੁਤ ਸੋਹਣੇ ਸਵਾਲ ਕੀਤੇ ਪਰ ਮੇਰੇ ਸਵਾਲ ਥੋੜ੍ਹੇ ਜਿਹੇ ਹੋਰ ਪਿੱਛੇ ਜਾਂਦੇ ਆ ਅਤੇ ਪਾਰਟੀ ਦਾ ਜਿਹੜਾ ਢਾਂਚੇ ਦੀ ਇਹ ਗੱਲ ਕਰਦੇ ਆ ਕੇਜਰੀਵਾਲ ਜੀ ਕੀ ਸਾਬਤ ਕਰਨਾ ਚਾਹੁੰਦੇ ਆ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਜਦੋਂ ਕਿ ਇਸ ਪਾਰਟੀ ਨੂੰ ਬਣਾਉਣ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਸੀ ਨੰਬਰ 2 'ਤੇ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਇੱਕ ਰੋਲ ਮਾਡਲ ਸਾਬਤ ਹੋਏ ਐਜ਼ ਅਪੋਜੀਸ਼ਨ ਲੀਡਰ ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਜਾਂ ਉਹ ਚਲੇ ਗਏ ਉਸ ਤੋਂ ਬਾਅਦ ਚਲੋ ਜੇ ਕਹਿ ਲਈਏ ਵੀ ਇਹ ਕਿਸੇ ਹੋਰ ਪਾਰਟੀ 'ਚੋਂ ਆਏ ਸੀ ਪੋਲੀਟੀਸ਼ੀਅਨ ਸੀ ਗੁਰਪ੍ਰੀਤ ਸਿੰਘ ਘੁੱਗੀ ਵਰਗਾ ਸਾਫ਼ ਸੁਥਰਾ ਬੰਦਾ ਇਹਨਾਂ ਨੇ ਪਾਰਟੀ 'ਚੋਂ ਕੱਢ ਦਿੱਤਾ ਉਹ ਉਸ ਬੰਦੇ 'ਤੇ ਤਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਉਂਗਲ ਨਹੀਂ ਸੀ ਹੁੰਦੀ ਪਹਿਲਾਂ ਤਾਂ ਇਹ ਦੱਸਣ ਵੀ ਉਹਨਾਂ ਨੂੰ ਕੱਢ ਕੇ ਅਤੇ ਇਹ ਹੋਰ ਉਹਨਾਂ ਨਾਲੋਂ ਵੱਧ ਸਟਰੋਂਗ ਬੰਦੇ ਕਿਹੜੇ ਲਿਆ ਕੇ ਖੜ੍ਹੇ ਕਰਨਗੇ
ਜਿਨ੍ਹਾਂ ਦੇ ਪੰਜਾਬ ਦੀ ਜਨਤਾ ਜਾਂ ਪ੍ਰਦੇਸ਼ਾਂ 'ਚ ਬੈਠੇ ਪੰਜਾਬੀ ਜਿਹੜੇ ਆ ਉਹ ਵਿਸ਼ਵਾਸ ਕਰ ਸਕਣ। ਦੂਸਰੀ ਗੱਲ ਇਹ, ਮੈਂ ਇੱਥੇ ਬਸ ਇੱਕ ਅਗਲਾ ਸਵਾਲ, ਇੱਕੋ ਛੋਟਾ ਜਿਹਾ ਸਵਾਲ ਹੋਰ ਆ ਜੀ, ਵੀ ਆਮ ਆਦਮੀ ਪਾਰਟੀ ਵਾਸਤੇ ਵਿਦੇਸ਼ਾਂ 'ਚੋਂ ਬਹੁਤ ਸਾਰਾ ਪੈਸਾ ਮਤਲਬ ਪੰਜਾਬੀਆਂ ਨੇ ਭਾਰਤੀਆਂ ਨੇ ਭੇਜਿਆ ਸੀ, ਜਿਹਦਾ ਕਿ ਜਿਹਦੀ ਅਕਾਊਂਟੇਬਿਲਿਟੀ ਅਜੇ ਤੱਕ ਵੀ ਕੇਜਰੀਵਾਲ ਸਾਹਿਬ ਨਹੀਂ ਦੇ ਸਕੇ, ਵੀ ਉਹ ਪੈਸਾ ਕਿੰਨਾ ਸੀ, ਕਿੱਥੇ ਖਰਚ ਕੀਤਾ, ਕਿਹਨੂੰ ਦਿੱਤਾ, ਉਹਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ। ਤੇ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਜਿਹੜੀਆਂ ਕਹਾਣੀਆਂ ਸੁਣਾਉਂਦੇ ਪਏ ਆ ਉਹ ਸੁਣਨ ਨੂੰ ਤਾਂ ਬੜੀਆਂ ਚੰਗੀਆਂ ਲੱਗਦੀਆਂ, ਪਰ ਕਿਆ ਇਹ ਸੱਚੀ ਮੁੱਚੀ ਉਹਨਾਂ ਨੂੰ ਪ੍ਰੈਕਟੀਕਲ ਸ਼ੇਪ ਦੇ ਸਕਣਗੇ? ਪੰਜਾਬ ਦੇ ਲੋਕ ਇਹਨਾਂ ਦੇ ਦੁਬਾਰਾ ਵਿਸ਼ਵਾਸ ਕਰ ਸਕਣਗੇ? ਕੀ ਇਹ ਉਹਨਾਂ ਗੱਲਾਂ ਦੇ ਜਵਾਬ ਦੇਣਗੇ ਜਿਹੜੇ ਮੈਂ ਇਹ ਦੋ ਸਵਾਲ ਕੀਤੇ ਆ? ਜੀ ਜੀ, ਮੇਰਾ ਇਹਨਾਂ ਕੀ ਸਵਾਲ ਹੈ ਜੀ। ਥੈਂਕ ਯੂ ਸੋ ਮਚ, ਮੈਂ ਤੁਹਾਨੂੰ ਇਨ ਦੋਨੋਂ ਸਵਾਲਾਂ ਲਈ ਧੰਨਵਾਦੀ ਹਾਂ। ਅਮਨ ਜੀ, ਤੁਸੀਂ ਕੀ ਜਵਾਬ ਦੇ ਸਕਦੇ ਹੋ? ਦੇਖੋ ਅਸ਼ਮਿਤਾ ਜੀ, ਇਸ ਤਰ੍ਹਾਂ ਕਿ ਮੈਂ ਬਾਈ ਜੀ ਹੋਰਾਂ ਦੇ ਇਹਨਾਂ ਦਾ ਅਤੇ ਇਹਨਾਂ ਦੇ ਸਵਾਲਾਂ ਦਾ ਮੈਂ ਬੜਾ ਰਿਗਾਰਡ ਕਰਦਾ ਸਤਿਕਾਰ ਕਰਦਾ, ਪਰ ਮੈਂ ਸਮਝਦਾ ਕਿ ਇਹ ਸਵਾਲ ਨੇ ਜਿਹੜੇ ਦੋਨੋਂ ਹੀ ਉਹ ਗਲਤ ਬੰਦੇ ਨੂੰ ਪੁੱਛੇ ਜਾ ਰਹੇ ਨੇ। ਉਹ ਇਸ ਕਰਕੇ ਪੁੱਛੇ ਜਾ ਰਹੇ ਨੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਮੈਂ ਪਾਰਟੀ ਦਾ ਸਭ ਤੋਂ ਛੋਟਾ ਵਰਕਰ ਹਾਂ। ਇਹ ਜਿਹੜੀ ਸਤ ਸੁੱਚਾ ਸਿੰਘ ਛੋਟੇਪੁਰ ਸਾਡੇ ਪ੍ਰਧਾਨ ਰਹੇ ਨੇ, ਸੁਖਪਾਲ ਖਹਿਰ ਜੀ LOP ਰਹੇ ਨੇ, ਔਰ ਘੁੱਗੀ ਸਾਹਿਬ ਸਾਡੇ ਪ੍ਰਧਾਨ ਰਹੇ ਨੇ, ਮੇਰੇ ਬੋਸਿਸ ਰਹੇ ਨੇ, ਉਹਨਾਂ ਦੇ ਬਾਰੇ ਸਵਾਲ ਨੇ। ਅਤੇ ਉਹਨਾਂ ਦੀ ਅਤੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਕੀ ਗੱਲਬਾਤ ਹੋਈ ਹੈ ਉਹਦੇ ਬਾਰੇ ਮੈਂ ਨਹੀਂ ਕੁਛ ਦੱਸ ਸਕਦਾ ਹੈਗਾ। ਔਰ ਫੰਡਸ ਦੀ ਜਿਸ ਤੱਕ ਗੱਲ ਹੈ, ਨਾ ਹੀ ਮੈਂ ਕੋਈ ਫੰਡਸ ਦੀ ਮੈਨੂੰ ਕੋਈ ਇਨਸਾਈਟ ਅਵੇਲੇਬਲ ਹੈ, ਕਿਉਂਕਿ ਆਈ ਹੈਵ ਨੈਵਰ ਬੀਨ ਇਨਵੋਲਵਡ ਇਨ ਆਲ ਦਿਸ ਪ੍ਰੋਸੈਸਿਸ, ਨੰਬਰ 1। ਨੰਬਰ 2, ਜਿਸ ਤੱਕ ਗੱਲ ਰਹੀ, ਦੇਖੋ ਇਸ ਤਰ੍ਹਾਂ ਕਿ ਮੈਂ ਇਹ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ, ਕਿਉਂਕਿ ਮੈਂ ਕਦੇ ਉਹ ਕਹਿੰਦੇ ਨੂੰ ਬੁੱਕਲ 'ਚ ਲੱਡੂ ਨਹੀਂ ਭੰਨਿਆ ਹੈਗਾ, ਮੈਂ ਜੋ ਸਪਸ਼ਟ ਸ਼ਬਦ ਵਿਦਇਨ ਪਾਰਟੀ ਵੀ ਔਰ ਆਊਟਸਾਈਡ ਪਾਰਟੀ ਮੈਂ ਕਹਿਣਾ ਜਾਣਦਾ ਔਰ ਕਹਿੰਦੇ ਹਾਂ। ਜਿੱਥੇ ਤੱਕ ਪਿਛਲੀ ਵਾਰ ਦੀ ਗੱਲ ਰਹੀ ਹੈ, ਨੋ ਡਾਊਟ, ਕੋਈ ਦੌਰਾ ਹੈ ਨਹੀਂ ਹੈ ਕਿ ਆਮ ਆਦਮੀ ਪਾਰਟੀ ਤੋਂ ਜੋ ਹਨੇਰੀ ਚੱਲਦੀ ਸੀਗੀ ਉਸ ਹਨੇਰੀ ਦੇ ਚੱਕਰ ਦੇ ਵਿੱਚ ਓਵਰ ਕੌਨਫੀਡੈਂਸ ਜਾ ਕੇ ਬਹੁਤ ਵੱਡੀਆਂ ਗਲਤੀਆਂ ਨੇ ਜਿਹੜੀਆਂ ਉਹ ਹੋਈਆਂ ਨੇ, ਜਿਨ੍ਹਾਂ ਨੂੰ ਪਾਰਟੀ ਮੈਂ ਸਮਝਦਾ ਕਿ ਹੌਲੀ ਹੌਲੀ ਕੁਛ ਨੂੰ ਸੁਧਾਰ ਰਿਹਾ ਵੀ ਅਤੇ ਕੁਛ ਨੂੰ ਸੁਧਾਰਨ ਦੇ ਪ੍ਰੋਸੈਸ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਇਹ ਚੀਜ਼ਾਂ, ਔਰ ਨਾਲ ਮੈਂ ਇੱਕ ਗੱਲ, ਦੇਖੋ ਘੁੱਗੀ ਜੀਆਂ ਦੀ ਗੱਲ ਕੀਤੀ, ਮੇਰੇ ਸਤਿਕਾਰਯੋਗ ਨੇ, ਵੱਡੇ ਭਰਾ ਨੇ, ਉਹਨਾਂ ਨੂੰ ਪਾਰਟੀ ਨੇ ਕੱਢਿਆ ਨਹੀਂ ਹੈਗਾ, ਉਹ ਜਦੋਂ ਇਲੈਕਸ਼ਨ ਸਰਕਾਰ ਨਹੀਂ ਬਣੀ ਹੈਗੀ ਉਹ ਆਪ ਛੱਡ ਕੇ ਗਏ, ਥੋੜ੍ਹੇ ਜਿਹੇ ਫੈਕਟਸ ਦਾ ਫਰਕ ਹੈ। ਸੁਖਪਾਲ ਸਿੰਘ ਖਹਿਰਾ ਜੀ ਉਹਨਾਂ ਨੇ ਨੋ ਡਾਊਟ ਬਹੁਤ ਵਧੀਆ ਕੰਮ ਕੀਤਾ, ਪਰ ਅੱਜ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ, ਮੇਰੇ ਕੁਲੀਗ ਰਹੇ ਨੇ, ਪਰ ਮੈਂ ਇਹ ਮੰਨ ਕੇ ਚੱਲਦਾ ਅਸ਼ਮਿਤਾ ਜੀ ਕਿ ਜਦੋਂ ਤੁਸੀਂ ਕਿਸੇ ਔਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਨਾ ਹੁੰਦਾ ਨਾ, ਅਤੇ ਤੁਹਾਨੂੰ ਜੇ ਤਾਂ ਤੁਸੀਂ ਪਹਿਲਾਂ ਇਹ ਸੋਚੋਗੇ ਤੁਸੀਂ ਪੋਲੀਟੀਕਲ ਪਾਰਟੀ ਦੇ ਵਿੱਚ ਕੰਮ ਕਰ ਰਹੇ ਹੋ, ਜੇ ਤਾਂ ਤੁਸੀਂ ਪਹਿਲਾਂ ਸੋਚੋ ਇਹ ਪ੍ਰਾਇਓਰਟੀਜ਼ ਨੇ ਜਿਹੜੀਆਂ ਉਹ ਹੋਣੀ ਚਾਹੀਦੀ, ਪਹਿਲਾਂ ਮੇਰਾ ਪੰਜਾਬ, ਫਿਰ ਮੇਰੀ ਪਾਰਟੀ ਤੇ ਫਿਰ ਤੀਜੇ ਨੰਬਰ ਤੇ ਮੈਂ। ਜੇ ਮੇਰਾ ਪੰਜਾਬ ਬਚੂਗਾ ਤਾਂ ਮੇਰੀ ਪਾਰਟੀ ਬਚੂਗੀ ਤੇ ਮੈਂ ਬਚੂਗਾ, ਉਹ ਪ੍ਰਾਇਓਰਟੀਜ਼ ਨੇ ਹੋਣੀ ਚਾਹੀਦੀ। ਜੇ ਕਿਸੇ ਦੀ ਵਾਈਸ ਵਰਸਾ ਹੋਵੇ ਕਿ ਸਭ ਤੋਂ ਪਹਿਲਾਂ ਮੈਂ, ਪਾਰਟੀ ਔਰ ਪੰਜਾਬ ਜਾਵੇ ਢੱਠੇ ਖੂਹ ਦੇ ਵਿੱਚ, ਉਹ ਨਹੀਂ ਚੱਲਦਾ ਹੈਗਾ। ਮਾਈਵੇ ਔਰ ਹਾਈਵੇ ਵਾਲੀ ਜਿਹੜੀ ਅਪਰੋਚ ਹੈ ਉਹ ਨਹੀਂ ਚੱਲਦੀ ਹੈਗੀ ਹਮੇਸ਼ਾ। ਮੈਂ ਕਦੇ ਅਸ਼ਮਿਤਾ ਜੀ ਪੋਲੀਟਿਕਸ ਦੇ 30 ਸਾਲ ਦੇ ਤਜਰਬੇ ਦੇ ਵਿੱਚ ਮੈਂ ਕਦੇ ਕਿਸੇ ਬੰਦੇ ਨੂੰ ਇਕੱਲਿਆਂ ਵੱਡਾ ਹੁੰਦਾ ਨਹੀਂ ਦੇਖਿਆ ਹੈਗਾ। ਬੰਦਾ ਹਮੇਸ਼ਾ ਆਪਦੇ ਸਾਥੀਆਂ ਨਾਲ, ਆਪਦੀ ਪਾਰਟੀ ਨਾਲ, ਆਪਦੇ ਲੋਕਾਂ ਨਾਲ ਹੀ ਗਰੋ ਕਰਦਾ ਹੁੰਦਾ। ਖਹਿਰਾ ਸਾਹਿਬ ਉਹਨਾਂ ਨੇ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਹੀ, ਮੈਂ ਕਹਿੰਦਾ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡੋ, ਉਹਨਾਂ ਨੇ ਆਪਦੀ ਪਾਰਟੀ ਵੀ ਬਣਾਈ ਸੀਗੀ, ਆਪਦੀ ਪਾਰਟੀ ਵੀ ਕਿਉਂ ਛੱਡ ਕੇ ਚਲੇ ਗਏ? ਸੋ ਇਸ ਕਰਕੇ ਵਾਟ ਆਈ ਮੀਨ ਟੂ ਸੇ ਇਜ਼ ਕਿ ਜੇ ਗਲਤੀਆਂ ਹੋਈਆਂ ਹੋਣਗੀਆਂ ਨੋ ਡਾਊਟ, ਪਰ ਜੇ ਆਪਾਂ ਕਹੀਏ ਵੀ ਗਲਤੀ ਇੱਕ ਤੜੀ ਨਾਲ ਹੋ ਗਈ ਨਾ, ਦੋਵੇਂ ਪਾਸੇ ਕਮੀਆਂ ਪੇਸ਼ੀਆਂ ਨੇ ਜਿਹੜੀਆਂ ਉਹ ਰਹੀਆਂ ਨੇ, ਤੇ ਉਹਨਾਂ ਨੂੰ ਹੀ ਦੂਰ ਕਰਕੇ ਚੱਲਣਾ ਪੈਂਦਾ ਪੋਲਿਟਿਕਸ 'ਚ। ਸਾਰਿਆਂ ਨੂੰ ਆਪਦੇ ਸਾਥੀਆਂ ਨੂੰ ਬੁੱਕਲ 'ਚ ਲੈ ਕੇ ਚੱਲੋਗੇ ਤਾਂ ਕਾਮਯਾਬ ਹੋਵੋਗੇ, ਤੁਸੀਂ ਐਂ ਨਹੀਂ ਕਾਮਯਾਬ ਹੋ ਸਕਦੇ ਕਿ ਸਿਰਫ ਮਾਈਵੇ ਔਰ ਹਾਈਵੇ ਦੀ ਨੀਤੀ ਕਰਕੇ। ਅਮਨ ਜੀ, ਤੁਹਾਨੂੰ ਇੱਥੇ ਰੋਕਣਾ ਪੈ ਰਿਹਾ, ਮਾਫੀ ਮੰਗਦੀ ਹਾਂ, ਇੱਕ ਹੋਰ ਬ੍ਰੇਕ ਲੈਣੀ ਪੈ ਰਹੀ ਹੈ ਸਾਨੂੰ। ਬਹੁਤ ਸਵਾਲ ਹਲੇ ਵੀ ਅਮਨ ਜੀ ਲਈ ਸਾਡੇ ਕੋਲ ਹੈਗੇ, ਤੇ ਕਾਲਰਸ ਨੂੰ ਮੈਂ ਇੱਕ ਵਾਰੀ ਫਿਰ ਬੇਨਤੀ ਕਰਦੀ ਹਾਂ, ਪਲੀਜ਼ ਹੋਲਡ ਤੇ ਰਹੋ, ਡਿਸਕਨੈਕਟ ਨਾ ਕਰੋ, ਤੁਹਾਡੀ ਕਾਲ ਚੁੱਕਾਂਗੇ ਬ੍ਰੇਕ ਤੋਂ ਬਾਅਦ। ਅਮਨ ਅਰੋੜਾ ਜੀ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜੇ ਹਨ। ਅਮਨ ਜੀ, ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ। ਸਮਾਂ ਸਾਨੂੰ ਇੱਥੇ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਕਾਲਰਸ ਬਹੁਤ ਜ਼ਿਆਦਾ ਸਾਡੇ ਨਾਲ ਜੁੜ ਚੁੱਕੇ ਹੈ, ਸੋ ਉਹਨਾਂ ਦੀ ਕਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਪਲੀਜ਼ ਆਪਣਾ ਕੁਐਸਚਨ ਛੋਟਾ ਰੱਖਿਓ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਨਿਊਯਾਰਕ ਤੋਂ। ਜੀ ਜੀ, ਦੱਸੋ। ਖਹਿਰਾ ਜੀ ਨੂੰ ਬਾਹਰ ਕੱਢਿਆ, ਓਹਦੇ ਬਾਅਦ ਤੁਸੀਂ ਓਹ ਤੋਂ ਪਹਿਲਾਂ ਤੁਸੀਂ ਆਪਣੇ ਛੋਟਾਪੁਰ ਸਾਹਿਬ ਨੂੰ ਬਾਹਰ ਕੱਢਿਆ,
ਭੁੱਗੀ ਜੀ ਨੂੰ ਬਾਹਰ ਕੱਢਿਆ, ਇਹਨਾਂ ਸਾਰਿਆਂ ਵਧੀਆ ਬੰਦਿਆਂ ਨੂੰ ਬਾਹਰ ਕੱਢ ਕੇ ਹੁਣ ਪਾਰਟੀ ਜ਼ਿਆਦਾ ਵਧੀਆ ਹੋ ਗਈ ਤੁਹਾਡੀ? ਸੀ ਸਰ ਸੌਰੀ, ਮੈਂ ਤੁਹਾਡੀ ਇੱਥੇ ਕਾਲ ਕੱਟ ਰਹੀ ਹਾਂ, ਇਹਦਾ ਜਵਾਬ ਅਮਨ ਜੀ ਅੜੀ ਦੇ ਚੁੱਕੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂਜੀ ਅਸ਼ਮਿਤਾ ਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਰਾਜ ਬੋਲ ਰਿਹਾ ਜੀ। ਇਹ ਮੈਨੂੰ ਇੱਥੇ ਇਹਨਾਂ ਨੇ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੀ ਇਸ ਦਫ਼ਾ ਉਹਨਾਂ ਨੂੰ ਜ਼ਰੂਰ ਚਾਂਸ ਦੇਣਾ ਚਾਹੀਦਾ ਪੰਜਾਬ ਨੂੰ, ਕਿਉਂਕਿ ਅਕਾਲੀਆਂ ਨੂੰ ਵੀ ਦੇਖ ਲਿਆ, ਕਾਂਗਰਸ ਨੂੰ ਵੀ ਦੇਖ ਲਿਆ, ਇੱਕ ਵਾਰੀ ਉਹ ਆਉਂਦੇ ਇੱਕ ਵਾਰੀ ਉਹ ਆਉਂਦੇ, ਇਹਨਾਂ ਨੇ ਜ਼ਿਆਦਾ ਕਰਪਸ਼ਨ ਵਧਾਈ ਹੈ, ਘਟਾਈ ਨਹੀਂ, ਪੰਜਾਬ ਨੇ ਲੁੱਟ ਲੁੱਟ ਕੇ ਖਾਧਾ ਹੈ। ਕੇਜਰੀਵਾਲ ਹੈਲੋ ਸੌਰੀ, ਮੈਨੂੰ ਲੱਗਦਾ ਤੁਹਾਡੀ ਕਾਲ ਡਰੋਪ ਹੋ ਗਈ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਪਲੀਜ਼ ਛੋਟਾ ਕੁਐਸਚਨ ਰੱਖਿਓ। ਸ਼ੋਰ, ਸਤਿ ਸ਼੍ਰੀ ਅਕਾਲ ਜੀ, ਅਸ਼ਮਿਤਾ ਜੀ, ਅਮਨ ਅਰੋੜਾ ਜੀ, ਸਤਿ ਸ਼੍ਰੀ ਅਕਾਲ, ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਿਰਫ 2 ਮਿੰਟ ਦਾ ਮੇਰੀ ਸੁਜੈਸ਼ਨ ਹੈਗੀ ਹੈ, ਮਤਲਬ ਆਮ ਆਦਮੀ ਪਾਰਟੀ ਨੂੰ ਜੀ, ਜ਼ਿਆਦਾ ਕੁਐਸਚਨ ਨਹੀਂ ਹੈਗੇ। ਨੰਬਰ 1 ਕਿ ਜਿਸ ਤਰ੍ਹਾਂ ਹੁਣ ਅਮਨ ਅਰੋੜਾ ਜੀ ਦੱਸ ਰਹੇ ਨੇ, ਉਹਨਾਂ ਦਾ ਜਿਹੜਾ ਲੈਕਚਰ ਹੈਗਾ ਲੱਗਦਾ ਕਿ ਜਿਸ ਤਰ੍ਹਾਂ ਬਾਕੀ ਕਾਂਗਰਸ ਦੀ ਪਾਰਟੀਆਂ ਜਾਂ ਬੀਜੇਪੀ ਜਾਂ ਅਕਾਲੀ ਦਲ ਉਸ ਤਰ੍ਹਾਂ ਦਿੰਦੇ ਨੇ, ਜੇ ਥੋੜ੍ਹਾ ਜ਼ਿਆਦਾ ਫੈਕਟਸ ਦੇ ਨਾਲ ਗੱਲ ਕਰਨ ਉਹ ਥੋੜ੍ਹਾ ਬੈਟਰ ਹੈ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਬਿਜ਼ਨਸਮੈਨ ਹੈਗਾ ਉਹ ਮਾਈਗ੍ਰੇਟ ਕਰ ਰਿਹਾ ਆਊਟ ਆਫ ਪੰਜਾਬ, ਉਹ ਦੱਸਣ ਵੀ ਕਿਹੜੇ ਜ਼ਿਲ੍ਹੇ 'ਚ ਕਿਹੜੇ ਜ਼ਿਲ੍ਹੇ 'ਚੋਂ ਕਿੰਨੇ ਮਾਈਗ੍ਰੇਟ ਹੋਏ, ਕੀ ਹੋਏ ਲੋਕਾਂ ਨੂੰ ਪਤਾ ਲੱਗੇ ਜੀ। ਅਤੇ ਨੰਬਰ 2 ਹੈਗਾ, ਮੈਂ ਜਦੋਂ ਸੁਣ ਰਿਹਾ ਸੀ ਪ੍ਰੋਗਰਾਮ, ਮੈਂ ਥੋੜ੍ਹੇ ਜਿਹੇ ਪੁਆਇੰਟ ਨੋਟ ਕੀਤੇ ਨੇ ਵਿਦ ਇਨ 2 ਮਿੰਟਸ, ਆਲ ਹਾਈਲਾਈਟ ਦੋਸ ਜੀ ਜੀ। ਅਤੇ ਬਾਕੀ ਉਹਨਾਂ ਨੇ ਗੱਲ ਕੀਤੀ ਪੰਜਾਬ ਦੇ ਕਰਜ਼ੇ ਦੀ, ਦੇਖੋ ਜਿਹੜਾ ਕਰਜ਼ਾ ਹੈਗਾ ਉਹ ਵਧੀ ਜਾਣਾ, ਜਿਸ ਤਰ੍ਹਾਂ ਅਮਰੀਕਾ ਦਾ ਤੁਸੀਂ ਦੇਖ ਲਓ ਜਿਹੜਾ ਡੈਫੀਸਿਟ ਹੈਗੀ ਉਹ ਵਧੀ ਜਾ ਰਹੀ, ਕਰਜ਼ੇ ਦਾ ਮਤਲਬ ਹੁੰਦਾ ਕਿ ਪਾਈ ਦਾ ਸਾਈਜ਼ ਵੱਧ ਰਿਹਾ ਜੀ, ਕਿਉਂਕਿ ਕਰੰਸੀ ਛਾਪ ਰਹੀ ਹੈ ਹਰ ਸਾਲ, ਗੌਰਮੈਂਟ ਛਾਪ ਰਹੀ ਹੈ ਜੀ। ਤੇ ਜੇ ਉਹਨਾਂ ਨੇ ਕਰਜ਼ੇ ਦੀ ਗੱਲ ਕਰਨੀ ਹੈ ਤੇ ਉਹ ਆਪਣਾ ਥੋੜਾ ਐਕਸਪਲੇਨ ਕਰਨ, ਦੇਖੋ ਜੀ ਪੰਜਾਬ ਦੀ ਐਨੂਅਲ ਜਾਂ ਮੰਥਲੀ ਇਨਕਮ ਇੰਨੀ ਹੈ ਤੇ ਇੰਨੇ ਐਕਸਪੈਂਸਿਸ ਨੇ ਤੇ ਇੰਨਾ ਹੈ, ਤੇ ਜਿਹੜਾ ਕਰਜ਼ਾ ਹੈਗਾ ਉਹਦੇ ਤੇ ਕਿੰਨਾ ਇੰਟਰਸਟ ਹੈ, ਤੇ ਕਰਜ਼ਾ ਕਿਹਦਾ ਦੇਣਾ, ਸੈਂਟਰਲ ਗੌਰਮੈਂਟ ਦਾ ਦੇਣਾ ਕਿ ਪ੍ਰਾਈਵੇਟ ਲੋਕਾਂ ਦਾ ਦੇਣਾ ਕਿ ਮਿਊਨਿਸਪਲ ਬੌਂਡਸ ਦਾ ਦੇਣਾ ਜੀ ਜੀ। ਕਹਿਣ ਦਾ ਭਾਵ ਇਹ ਹੈਗਾ ਕਿ ਜਿੰਨਾ ਜੇ ਉਹ ਡਿਟੇਲਸ ਦੱਸਣਗੇ ਤੇ ਲੋਕਾਂ ਨੂੰ ਉਹਨਾਂ ਨੂੰ ਫਰਕ ਪਤਾ ਲੱਗੇਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਾਂਗਰਸ ਨਾਲੋਂ ਜਾਂ ਬੀਜੇਪੀ ਨਾਲੋਂ ਜਾਂ ਅਕਾਲੀ ਦਲ ਨਾਲੋਂ ਕੀ ਫਰਕ ਜੀ, ਤੇ ਜੇ ਉਸ ਤਰ੍ਹਾਂ ਦੀਆਂ ਗੋਲਮੋਲ ਗੱਲਾਂ ਕਰੀ ਜਾਣਗੇ ਫਿਰ ਤੇ ਉਹ ਤੁੱਕੇ ਦੀ ਗੱਲ ਨਹੀਂ ਹੈ ਕਿ ਲੋਕੀ ਕਿਤੇ ਝਾਂਸੇ ਜਾ ਜਾਣ ਜੀ। ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ, ਸੌਰੀ ਇੱਥੇ ਕਾਲ ਕੱਟਣੀ ਪੈ ਰਹੀ ਹੈ, ਸਮਾਂ ਸਾਨੂੰ ਬਿਲਕੁਲ ਵੀ ਇੱਥੇ ਇਜਾਜ਼ਤ ਨਹੀਂ ਦੇਣਾ। ਅਤੇ ਮੈਂ ਇੱਕ ਅਖੀਰ ਦਾ ਕੁਐਸਚਨ ਅਮਨ ਜੀ ਲਈ ਰੱਖਣਾ ਚਾਹੁੰਦੀ ਹਾਂ। ਅਮਨ ਜੀ, NRIs ਸਾਨੂੰ ਵੇਖ ਰਹੇ, NRIs ਦਾ ਬਹੁਤ ਪੈਸਾ ਜਾਂਦਾ ਪੰਜਾਬ ਦੇ ਵਿੱਚ, ਪੰਜਾਬੀ ਰਾਜਨੀਤੀ ਦੇ ਵਿੱਚ ਇੱਕ ਜਾਂਦੇ ਜਾਂਦੇ ਮੈਂ ਇੱਕ ਸਵਾਲ ਤੁਹਾਡੇ ਤੋਂ ਰੱਖਣਾ ਚਾਹੁੰਦੀ, ਤੁਸੀਂ ਕਾਲਰ ਦਾ ਵੀ ਜਵਾਬ ਦੇ ਸਕਦੇ ਹੋ। ਅਮਨ ਜੀ, ਤੁਹਾਡੀ ਕੀ ਅਪੀਲ ਹੈ NRIs ਨੂੰ ਪੰਜਾਬ ਦੇ 2022 ਦੇ ਇਲੈਕਸ਼ਨਸ ਨੂੰ ਲੈ ਕੇ? ਅਸ਼ਵਿੰਦਰ ਜੀ, ਇਸ ਤਰ੍ਹਾਂ ਕਿ ਮੈਂ 3-4 ਸਾਲ ਬੜੇ ਕੁਇਕਲੀ ਆਈ ਵਿਲ ਗੋ ਥਰੂ। ਸੁਖਵਿੰਦਰ ਜੀ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਕਿਸੇ ਨੂੰ ਕੱਢ ਕੇ ਵੱਡੇ ਹੋ ਗਏ, ਮੈਂ ਸਮਝਦਾ ਕਿ ਕੱਢ ਕੇ ਕੋਈ ਕਿਸੇ ਨੂੰ ਵੱਡਾ ਨਹੀਂ ਹੁੰਦਾ ਹੈਗਾ, ਪਰ ਕੋਈ ਵੀ ਆਰਗੇਨਾਈਜੇਸ਼ਨ 16 ਕਲਾ ਸੰਪੰਨ ਨਹੀਂ ਹੁੰਦੀ ਹੈਗੀ। ਥੋੜ੍ਹਾ ਜਿਹਾ ਬੰਦੇ ਨੂੰ ਆਪਣੇ ਹਿੱਤ ਛੱਡ ਕੇ ਪਾਰਟੀ ਦਾ ਔਰ ਜਿਹੜਾ ਲੋਕਾਂ ਦਾ ਪੰਜਾਬ ਦਾ ਹਿੱਤ ਜਿਹੜਾ ਉਹ ਸੋਚੇ, ਤਾਂ ਮੈਂ ਸਮਝਦਾ ਕਿ ਇੱਕ ਲੰਬੀ ਐਸੋਸੀਏਸ਼ਨ ਹੈ ਜਿਹੜੀ ਉਹ ਚੱਲ ਜਾਂਦੀ ਹੁੰਦੀ ਹੈ। ਨੰਬਰ 2, ਬਾਈ ਜੀ ਉਹਨਾਂ ਨੇ ਗੱਲ ਕੀਤੀ ਕਿ ਕਰਜ਼ਾ ਅਮਰੀਕਾ ਦੇ ਵੱਧ ਰਿਹਾ, ਮੈਂ ਬਿਲਕੁਲ ਮੰਨਦਾ ਜੀ ਕਿ ਕਰਜ਼ਾ ਜਿਹੜਾ ਉਹ ਅਮਰੀਕਾ ਦਾ ਵੱਧ ਰਿਹਾ, ਪਰ ਇੱਕ ਚੀਜ਼ ਦੀ ਭਾਜੀ ਤੁਹਾਨੂੰ ਜਿਹੜੀ ਸਟੱਡੀ ਕਰਨ ਦੀ ਲੋੜ ਹੈ ਉਹ ਇਹ ਕਰਨ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਅੱਜ ਤਕਰੀਬਨ 99% ਹੈ ਜਿਹੜਾ ਉਹ ਕਮਿਟਡ ਲਾਇਬਿਲਿਟੀਜ਼ ਦੇ ਵਿੱਚ ਚਲਾ ਜਾਂਦਾ, ਜਿਹਦੇ ਵਿੱਚ ਸੈਲਰੀਜ਼, ਪੈਨਸ਼ਨਸ ਔਰ ਇੰਟਰਸਟ ਹੈ। ਜਿਹੜਾ ਕੈਪੀਟਲ ਐਕਸਪੈਂਡੀਚਰ ਕਿੰਨਾ ਹੋ ਰਿਹਾ ਹੈ ਉਹਦੇ ਉੱਪਰ ਕਿੰਨਾ ਇਨਵੈਸਟਮੈਂਟ ਹੋ ਰਹੀ ਹੈ, ਦੈਟ ਇਜ਼ ਮਾਈਨਸ। ਕੋਈ ਪੈਸਾ ਜਿਹੜਾ ਉਹ ਕੈਪੀਟਲ ਦੇ ਵਿੱਚ ਨਹੀਂ ਰਿਹਾ, ਸਿਰਫ ਔਰ ਸਿਰਫ ਜਿਹੜੇ ਰੈਵਨਿਊ ਐਕਸਪੈਂਸਿਸ ਨੇ ਜਿਹੜੇ ਕਿ ਕਮਿਟਡ ਲਾਇਬਿਲਿਟੀਜ਼ ਨੇ ਉਹਦੇ ਵਿੱਚ ਜਾ ਰਿਹਾ, ਇਹੀ ਖਰਚਾ ਜਿਹੜਾ ਕਰਜ਼ਾ ਲਿਆ ਜਾਵੇ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੇ ਲਈ, ਸਕੂਲਸ, ਹੋਸਪਿਟਲਸ, ਬ੍ਰਿਜਸ ਬਣਾਉਣ ਦੇ ਲਈ, ਉਹ ਸਮਝ ਆਉਂਦਾ। ਪਰ ਸਿਰਫ ਔਰ ਸਿਰਫ ਜੇ ਤੁਸੀਂ ਤਨਖਾਹਾਂ ਦੇ ਲਈ ਤੁਸੀਂ ਕਰਜ਼ੇ ਦੀ ਜਿਹੜੀ ਇੰਟਰਸਟ ਪੇ ਆਫ ਕਰਨ ਦੇ ਲਈ ਤੁਸੀਂ ਖਰਚ ਕਰ ਦਿੰਦੇ, ਤਾਂ ਉਹ ਪੈਸਾ ਜਿਹੜਾ ਉਹ ਡਾਊਨ ਦਾ ਡਰੇਨ ਚਲਾ ਜਾਂਦਾ। ਉਹ ਠੀਕ ਹੈ, ਉਹ ਤੁਹਾਡਾ 50%, 52% ਹੋਵੇ, ਅੱਧ ਤੱਕ ਦਾ ਹੋਵੇ ਤੁਹਾਡੀ ਟੋਟਲ ਰਿਸੀਟ ਦਾ, ਉਹ ਸਮਝ ਆਉਂਦਾ। ਪਰ ਜੇ 91-92% ਤੁਹਾਡਾ ਉਹਦੇ ਵਿੱਚ ਚਲਾ ਜਾਂਦਾ, ਤੇ ਤੁਸੀਂ ਡਿਵੈਲਪਮੈਂਟ ਲਈ ਤੁਹਾਡੇ ਕੋਲ ਕੈਪੀਟਲ ਐਕਸਪੈਂਡੀਚਰ ਲਈ ਤੁਹਾਡੇ ਕੋਲ ਕਿੱਥੇ ਕੁਝ ਪੈਸਾ ਬਚਦਾ? ਸੋ ਇਸ ਕਰਕੇ ਔਰ ਹੁੰਦਾ ਉਹਦੀਆਂ ਜਦੋਂ ਸਾਰਾ ਪੈਸਾ ਮਾਫੀਆ ਚ ਡਾਊਨ ਦਾ ਡਰੇਨ ਹੋ ਰਿਹਾ ਹੈ, ਉਹੀ ਇੱਕ ਸੈਕਿੰਡ ਉਹੀ ਹਾਂਜੀ ਜੀ ਤੁਹਾਡੀ ਅਪੀਲ NRIs ਦੀ, ਸੌਰੀ ਵੀ ਆਰ ਆਲਰੇਡੀ ਓਵਰ ਟਾਈਮ। ਦੇਖੋ ਮੇਰੀ ਤਾਂ ਇੱਕੋ ਹੀ ਅਪੀਲ ਹੈ ਜੀ ਕਿ ਨੋ ਡਾਊਟ ਹਰੇਕ ਬੰਦਾ ਓਕੇ
ਮੇਰੀ ਇੱਕੋ ਹੀ ਅਪੀਲ ਹੈ ਜੀ ਕਿ 70 ਸਾਲ ਆਪਾਂ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਦੇਖ ਲਿਆ ਤੇ ਪੰਜਾਬ ਵਾਸ ਜਿਸ ਹਾਲਾਤ ਤੇ ਸੋਨੇ ਦੀ ਚਿੜੀ ਹੈ ਜਿਹੜੀ ਉਹ ਲੋਹੇ ਦੀ ਚਿੜੀ ਵੀ ਨਹੀਂ ਰਹੇਗੀ। ਮੇਰੇ ਸਾਥੀ ਭਰਾ ਨੇ ਇੱਕ ਨੇ ਆਪ ਹੀ ਗੱਲ ਕੀਤੀ ਹੈ, ਮੈਂ ਇੱਕੋ ਹੀ ਗੱਲ ਕਰੂੰਗਾ ਕਿ ਇਹ ਕੋਈ ਕੁੰਭ ਦਾ ਮੇਲਾ ਤਾਂ ਹੈ ਨਹੀਂ ਕਿ 14 ਸਾਲ ਮੁੜ ਕੇ ਆਉਣਾ ਨਹੀਂ ਹੈਗਾ। ਦਿੱਲੀ ਦੇ ਵਿੱਚ ਅਸੀਂ ਬਜਟ ਹੈ ਜਿਹੜਾ ਉਹ 30,000 ਤੋਂ ਵਧਾ ਕੇ 65,000 ਕਰੋੜ 5 ਸਾਲਾਂ ਵਿੱਚ ਕਰਤਾ। ਇੱਕ ਮੌਕਾ ਜਿਹੜਾ ਉਹ NRI ਵੀਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦੇਣ। ਜੇ ਅਸੀਂ ਵੀ ਉਹਨਾਂ ਵਰਗੇ ਨਿਕਲ ਗਏ, ਅਸੀਂ ਨਾ ਪਰਫਾਰਮ ਕੀਤਾ ਤੇ ਫਿਰ ਕਿਹੜਾ ਕੁੰਭ ਦਾ ਮੇਲਾ ਹੈ? ਫਿਰ ਮੁੜ ਕੇ ਦੁਬਾਰਾ ਵਾਪਿਸ ਅਕਾਲੀਆਂ ਕਾਂਗਰਸੀਆਂ ਕੋਲ ਚਲੇ ਜਾਣ, ਕੋਈ ਦਿੱਕਤ ਨਹੀਂ ਹੈਗੀ। ਸੋ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਜਿਵੇਂ ਕਹਿੰਦੇ ਨੇ ਕਿ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ, ਇੱਕ ਮੌਕਾ ਆਮ ਆਦਮੀ ਪਾਰਟੀ ਡਿਜ਼ਰਵ ਕਰਦੀ ਹੈ। ਤੇ ਜੇ ਅਸੀਂ ਨਹੀਂ ਪਰਫਾਰਮ ਕਰ ਸਕਾਂਗੇ ਤੇ ਫਿਰ ਇਸ ਤੋਂ ਬੱਤਰ ਤਾਂ ਦੇਖੋ ਕੁਛ ਨਹੀਂ ਹੋ ਸਕਦਾ ਹੈਗਾ, ਦੈਟ ਇਜ਼ ਰੈਸਟ ਅਸ਼ੋਰਡ। ਇਹ ਤਾਂ ਤੁਸੀਂ ਫਿਕਰ ਕਰਨ ਦੀ ਲੋੜ ਨਹੀਂ ਕਿ ਇਸ ਤੋਂ ਮਾੜਾ ਕੋਈ ਕਰ ਜੂਗਾ। ਸੋ ਵਨ ਚਾਂਸ ਨੀਡਸ ਟੂ ਬੀ ਗਿਵਨ ਟੂ ਆਮ ਆਦਮੀ ਪਾਰਟੀ ਐਂਡ ਅਰਵਿੰਦ ਕੇਜਰੀਵਾਲ, ਐਂਡ ਵੀ ਆਰ 100% ਸ਼ੋਰ ਐਂਡ ਕਮਿਟਡ ਕਿ ਪੰਜਾਬ ਨੂੰ ਮੁੜ ਕੇ ਦੁਬਾਰਾ ਪੰਜਾਬ ਔਰ ਸੋਨੇ ਦੀ ਚਿੜੀਆ ਬਣਾਉਣ ਦੇ ਵਿੱਚ ਅਸੀਂ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੇ। ਜੀ, ਥੈਂਕ ਯੂ ਸੋ ਮਚ ਅਮਨ ਅਰੋੜਾ ਜੀ, MLA ਸੁਨਾਮ ਡਿਸਟ੍ਰਿਕਟ ਤੋਂ। ਤੁਸੀਂ ਸਾਡੇ ਨਾਲ ਜੁੜੇ, ਆਮ ਆਦਮੀ ਪਾਰਟੀ ਦੀ ਵੱਖ ਵੱਖ ਸਟ੍ਰੈਟਜੀਜ਼ ਦਾ ਤੁਸੀਂ ਜਵਾਬ ਦਿੱਤਾ ਸਾਨੂੰ ਤੇ ਸਾਡੇ ਕਾਲਰਸ ਨੂੰ। ਇੱਕ ਵਾਰੀ ਫਿਰ ਥੈਂਕ ਯੂ ਸੋ ਮਚ ਫਾਰ ਜੁਆਇਨਿੰਗ ਅਸ ਅਮਨ ਜੀ। ਹੈਵ ਅ ਗੁੱਡ ਰੈਸਟ ਆਫ ਯੂਰ ਡੇ ਐਂਡ ਜ਼ਰੂਰ ਵਾਪਸ ਆ ਕੇ ਸਾਡੇ ਨਾਲ ਫਿਰ ਜੁੜੋ, ਬਟ ਫਾਰ ਦ ਰੈਸਟ ਆਫ ਦ ਟਾਈਮ ਸਾਨੂੰ ਇੱਥੇ ਸਤਿ ਸ਼੍ਰੀ ਅਕਾਲ ਬਣਾਈ ਪੈਰੀ। ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ। ਵਿਊਅਰਸ ਲਈ ਜਾਂਦੇ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਲਈ ਜਾਂ ਸਾਡੇ ਗੈਸਟ ਲਈ ਅਗਰ ਤੁਹਾਡੇ ਕੋਈ ਕੁਐਸਚਨਸ ਰਹਿ ਗਏ, ਤੁਹਾਡੀ ਕਾਲ ਨਹੀਂ ਆਪਾਂ ਚੁੱਕ ਪਾਏ, ਮਾਫੀ ਮੰਗ ਰਹੇ ਹਾਂ। ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com, ਇੱਥੇ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।